बड़े चेते आउंदे ने यारी अण मुल्ले हवा दे बुल्ले। सो जिस तरह कहते ने कि यार अणमुले हवा दे बुले सी मौजा कर दे सकूले पढ़ दे बड़े चेते आते हैं। सो उस तो पहले जिस तरह हमेशा ही असी कांशी टीवी के वेड़े के लैके आईदा है प्रोग्राम अपने विचार, और अपने विचार प्रोग्राम के हमेशा ही साडा हर शुक्रवार वाले दिन 6 to 7 प्रोग्राम होंदा है, और जिस दे विच असी हमेशा ही कोई ना कोई वक्रा ही टॉपिक लैके आईदा है। सो शुरुआत तो पहले एक बार फिर जिन्हें भी देख रहे साढ़े कांशी टीवी के स्रोते हैं दर्शक हैं उन्हां सारयां नूं पहले मेरे वालों जाने के रूप समराई वालों और मेरे वीर बलवीर चंद कैंतलों साढ़े दोनों ही भरावां वालों जय गुरदेव धन गुरदेव जय भीम जय बाल्मीक सलाम नमस्ते और सत श्री अकाल जी। सो लैके आए हाँ थोड़े रूबरू करन जा रहे हाँ कि उही तुहानूं लै चलदे हाँ बहुत पिछे उत्थे जिथे कि सानू जिहड़ी विद्या प्राप्त करन दी जिंदगी शुरू हुंदी है, जिथे सानू कोई फिक्र फाके नहीं हुंदे कोई फिक्र नहीं हुंदा और ओ जिंदगी और लै चलिए तुहानू आपां उत्थे जिथे असीं विद्या प्राप्त करनी शुरू कीती सी स्कूल टाइम। सो अज दा जो साडा विशा है टॉपिक है वह है स्कूल टाइम। तो चले आओ तो पहले लाइव कॉल लेने एक। हेलो जी जय गुरुदेव जी। हेलो वीर जी दोनों वीरां नूं प्यारी प्यारी जय गुरुदेव जी। जय गुरुदेव धन गुरुदेव जी। बीबी जी किवें? हां ठीक है ते तुसीं सुणाओ ठीक ठाक? बस कृपा जी कृपा बस कृपा चाहीदी। अज बहुत सोहना तुसीं स्कूल टाइम लैके आए आ। वाह जी वाह। ते ओह तां निराला ही सीगा स्कूल टाइम जी। ਜਿਹੜਾ ਗੀਤ ਤੁਸੀਂ ਸੁਣਾਇਆ ਉਹ ਗੀਤ ਮੇਰੇ ਬੇਟੇ ਦਾ ਬਹੁਤ ਫੇਵਰਿਟ ਸੀਗਾ। ਉਹਨੇ ਰੋਜ਼ ਹੀ ਪਤਾ ਨਹੀਂ ਕਿੰਨੀ ਵਾਰੀ ਸੁਣਦਾ ਹੁੰਦਾ ਸੀ। ਗੱਲ ਕੀ ਹੈ ਦੇਖੋ ਜੀ ਉਹ ਬਚਪਨ ਦੀਆਂ ਯਾਦਾਂ ਹੁਣ ਆ ਰਹੀਆਂ ਉਹ ਇਹੀ ਉਹਨੇ ਕਹਿਣਾ ਜਦੋਂ ਉੱਚੀ ਆਵਾਜ਼ ਛੱਡ ਕੇ ਲਾਉਣਾ ਕਹਿਣਾ ਬੜੇ ਚੇਤੇ ਆਉਂਦੇ ਨੇ। ਉਹ ਯਾਰ ਹਾਂਜੀ ਯਾਰ ਅਨਮੁੱਲੇ ਹਾਂਜੀ। ਕੀ ਵਿਚਾਰ ਨੇ ਜੀ ਤੁਹਾਡੇ ਅੱਜ ਦੇ? ਇਹ ਵਿਚਾਰ ਇਹ ਆ ਵੀ ਜਿਹੜਾ ਉਹ ਟਾਈਮ ਹੁੰਦਾ ਆ ਵੀ ਮਾਪਿਆਂ ਦੇ ਸੁਪਨੇ ਹੁੰਦੇ ਅੱਖਾਂ 'ਚ। ਸਹੀ ਹਾਂ ਇਹਦੇ ਬਾਰੇ ਸ਼ੇਰ ਆ ਇੱਕ ਜਿੱਦਾਂ ਮਾਪੇ ਮੇਰੇ ਅੱਖਾਂ ਵਿੱਚ ਲੱਖ ਸੁਪਨੇ ਸਜਾਉਂਦੇ ਸੀ ਦੇ ਕੇ ਟੋਫੀਆਂ ਦਾ ਲਾਲਚ ਸਕੂਲ ਛੱਡ ਆਉਂਦੇ ਸੀ। ਲੱਗਦਾ ਸੀ ਕੈਦ ਵਰਗਾ ਮੈਂ ਜਾਰੋ ਜਾਣੋ ਕਤਰਾਉਂਦਾ ਸੀ ਜੀ। ਹੁਣ ਲੱਖਾਂ ਦਾ ਵੀ ਰਿਹਾ ਨਾ ਸਵਾਦ ਮਿੱਤਰੋ ਜੋ ਇੱਕ ਸਿੱਕੇ ਨਾਲ ਆਉਂਦਾ ਸੀ। ਵਾਹ ਜੀ ਵਾਹ। ਇੱਕ ਰੁਪਈਆ ਹੁੰਦਾ ਸੀ ਨਾ? ਹਾਂਜੀ ਹਾਂਜੀ ਇੱਕ ਰੁਪਈਆ ਵੀ ਉਹ ਉਹਨਾਂ ਦਿਨਾਂ ਚ ਬਹੁਤ ਹੁੰਦਾ ਸੀ ਬਹੁਤ ਹੁੰਦਾ ਸੀ ਬਹੁਤ ਜੀ। ਤੇ ਉਹਦੇ ਨਾਲ ਹੀ ਬੜਾ ਚਾਅ ਚੜ ਜਾਣਾ ਕਹਿਣਾ ਰੁਪਈਆ ਆਇਆ ਮੇਰੇ ਕੋਲ। ਮੈਂ ਕਿਹਾ ਜੀ ਉਹ ਦਵਾਨੀ ਚਵਾਨੀ ਬੜੀ ਤਕੜੀ ਹੁੰਦੀ ਸੀ ਉਸ ਟਾਈਮ, ਹੁਣ ਰੁਪਈਆ ਤਾਂ ਬਹੁਤ ਜ਼ਿਆਦਾ ਹੀ ਕੀਮਤ ਹੁੰਦੀ ਸੀ। ਦਵਾਨੀ ਚਵਾਨੀ ਵੀ ਬੜੀ ਮਾਇਨੇ ਰੱਖਦੀ ਸੀ। ਹਾਂਜੀ ਹਾਂਜੀ ਸਾਨੂੰ ਤਾਂ ਇੰਨਾ ਯਾਦ ਹੈ ਵੀ ਪੰਜੀਆਂ ਦਸੀਆਂ ਹੀ ਮਿਲਦੀਆਂ ਹੁੰਦੀਆਂ ਸੀ। ਪੰਜੀਆਂ ਨਹੀਂ ਮਿਲਦੀਆਂ ਉਹ ਗੱਲਾਂ ਹੈ ਨਹੀਂ ਗਿਆ ਹੁਣ ਤਾਂ ਉਹ ਤਾਂ ਬੰਦੇ ਕਰ ਦਿੱਤੀਆਂ ਦਵਾਨੀਆਂ ਚਵਾਨੀਆਂ। ਚਲੋ ਜੀ ਉਹ ਟਾਈਮ ਟਾਈਮ ਦੀ ਗੱਲ ਹੈ ਜੀ। ਟਾਈਮ ਦੀ ਗੱਲ ਹੈ। ਗਵਰਨਮੈਂਟ ਨੂੰ ਘਾਟਾ ਪੈਣ ਲੱਗ ਪਿਆ ਜੀ। ਹਾਂਜੀ ਘਾਟਾ ਉਹਨਾਂ ਦੇ ਘਾਟੇ ਪੂਰੇ ਕਰਨੇ ਸਾਡੇ ਜਿਹੜੇ ਚਾਹ ਸੀ ਉਹ ਚਲ ਗਏ ਹਨਾ ਜੀ ਜੀ। ਹਾਂਜੀ ਤੇ ਬਹੁਤ ਸੋਹਣਾ ਟਾਈਮ ਸੀ ਜਿੱਦਾਂ ਸਕੂਲ ਦੀ ਵਰਦੀ ਵੀ ਸਾਡੀ ਜਿੱਦਾਂ ਸੀਗੀ ਕੁੜੀਆਂ ਦੀ ਤਾਂ ਜਿੱਦਾਂ ਵੱਖਰੀ ਹੁੰਦੀ ਹੈ ਨਾ। ਹਾਂਜੀ ਹਾਂਜੀ ਸਾਡੇ ਜਿੱਦਾਂ ਗ੍ਰੀਨ ਜੈਂਪਰ ਹੋਣੇ ਚਿੱਟੀ ਚੁੰਨੀ ਹੋਣੀ ਚਿੱਟੀ ਸਲਵਾਰ ਹੋਣੀ ਜਿੱਦਾਂ ਇੱਦਾਂ ਸੋਹਣਾ ਸੈੱਟ ਬਣਾਇਆ ਹੁੰਦਾ। ਹਾਂਜੀ ਹਾਂਜੀ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਇੱਦਾਂ ਵੱਖਰੇ ਵੱਖਰੇ ਯੂਨੀਫਾਰਮ ਹੁੰਦੇ ਜੀ। ਹਾਲੀ ਵੀ ਸਮਰਾ ਸਾਹਿਬ ਹੈਗੇ ਆ? ਹਾਂਜੀ ਹਾਂਜੀ ਹਾਲੀ ਵੀ ਹੈ। ਹਾਂਜੀ ਕੁੜੀਆਂ ਦੇ ਸਕੂਲ ਮੈਂ ਜਾਂਦੀ ਹੁੰਦੀ ਸੀ ਪਹਿਲਾਂ ਜੋ ਪ੍ਰਾਇਮਰੀ ਸਕੂਲ 'ਚ ਵੀ ਜੀ ਜੀ ਵੱਖਰੇ ਵੱਖਰੇ ਸਾਡੇ ਸਕੂਲ ਸੀਗੇ। ਜਦੋਂ ਫਿਰ ਮੈਂ ਸ਼ਹਿਰ ਜਾਣ ਲੱਗੀ ਹਾਂ ਉਦੋਂ ਜਿੱਦਾਂ ਹੋਰ ਵਰਦੀ ਸੀਗੀ। ਹਾਂਜੀ ਪਰ ਇੱਕ ਗੱਲ ਹੈ ਆਪਣੇ ਬੀਬੀ ਜੀ। ਹਾਂਜੀ ਮੈਂ ਕਿਹਾ ਉਸ ਟਾਈਮ 'ਚ ਜਿਹੜੀਆਂ ਗਲਤੀਆਂ ਦੀ ਕੁੱਟ ਪੈਂਦੀ ਹੁੰਦੀ ਸੀ ਨਾ
ਮਾਸਟਰ ਬੜਾ ਕੱਬਾ ਹੁੰਦਾ ਸੀਗਾ, ਉਹ ਬੰਤਾ ਸਿੰਘ ਉਹਨੂੰ ਕਹਿੰਦੇ ਹੁੰਦੇ ਸੀ ਜੀ। ਉਹਨੇ ਕੀ ਕਰਨਾ, ਉਹਨੇ ਧੁਨੀ ਤੋਂ ਚਾਹ ਚੱਕਣਾ, ਜਾਣਾ ਖਰਾਬ ਸੀ। ਨਿਆਣੇ ਨੇ ਪਤਾ ਕੀ ਕਰਨਾ, ਵੀਰ ਜੀ ਉਹਨੇ ਹਨਾ ਪਿੱਛੇ ਉਹਦੀ ਪੱਗ ਦੇ ਪਿੱਛੇ ਉਹਦੀ ਇਸ਼ਾਰੇ ਕਰਨੇ, ਸ਼ਰਾਰਤਾਂ ਬੜੀਆਂ ਕਰਦੇ ਹੁੰਦੇ ਸੀ ਉਸ ਲਾਇਕ ਹੀ। ਦੇਖੋ ਜੀ ਉਹ ਇਹ ਉਮਰ ਹੀ ਇੱਕ ਇਹੋ ਜਿਹੀ ਹੁੰਦੀ ਸੀ ਉਹ। ਹਾਂਜੀ ਜੀ। ਤੇ ਜਿੱਦਾਂ ਹਨਾ ਮੈਂ ਤੁਹਾਨੂੰ ਇੱਕ ਹੋਰ ਸੁਣਾਉਂਦੀ ਹਾਂ ਜੀ, ਆਪਣੇ ਸੁਰਜੀਤ ਪਾਤਰ ਜੀ ਉਹਨਾਂ ਦਾ ਲਿਖਿਆ ਆ ਜੀ ਜੀ। ਉਹ ਕਹਿੰਦੇ ਆ ਭਾਰੇ ਭਾਰੇ ਵਾਸਤੇ ਲੰਬੇ ਲੰਬੇ ਰਸਤੇ, ਥੱਕ ਗਏ ਨੇ ਗੋਡੇ ਦੁਖਣ ਲੱਗ ਪਏ ਮੋਢੇ। ਭਾਰੇ ਵਾਸਤੇ ਹੁੰਦੇ ਆ ਨਾ ਬੱਚੇ, ਗੱਲ ਚ ਪਾਇਆ ਹੁੰਦਾ ਮੋਢੇ ਦੁਖਣੇ ਸੀ ਮੇਰੇ। ਹਾਂਜੀ, ਇੰਨਾ ਭਾਰ ਚੁਕਾਇਆ ਅਸੀਂ ਕੋਈ ਖੋਤੇ ਆ। ਓਹੋ, ਉਹ ਕਹਿੰਦੇ ਆ ਵੀ ਅਸੀਂ ਖੋਤੇ ਆ ਜਿਹੜਾ ਇੰਨਾ ਭਾਰ ਚੁਕਾਇਆ ਜੀ ਜੀ। ਟੀਚਰ ਜੀ ਆਉਣਗੇ ਆ ਕੇ ਹੁਕਮ ਸੁਣਾਉਣਗੇ ਜੀ, ਚਲੋ ਕਿਤਾਬਾਂ ਖੋਲੋ ਪਿੱਛੇ ਪਿੱਛੇ ਬੋਲੋ ਜੀ। ਉਹ ਕਹਿੰਦੇ ਆ ਵੀ ਅਸੀਂ ਕੋਈ ਤੋਤੇ ਆ ਪਿੱਛੇ ਪਿੱਛੇ ਬੋਲੀਏ ਜੀ। ਚਲੋ ਚਲੋ ਜੀ ਚਲੀਏ ਜਾ ਕੇ ਸਿੱਟਾ ਮਲੀਏ ਜੀ, ਕੀ ਹੋਵੇਗਾ ਫੇਰ ਟੀਚਰ ਜੀ ਆਉਣਗੇ ਜੀ, ਝਿੜਕਾਂ ਖੂਬ ਸੁਣਾਉਣਗੇ, ਤੁਰੇ ਹੀ ਜਾਣਾ ਹੈ ਜੀ, ਅਸੀਂ ਕੋਈ ਖੜੋਤੇ ਆ। ਮੈਨੂੰ ਬਹੁਤ ਸੋਹਣੀਆਂ ਲਾਈਨਾਂ ਲੱਗੀਆਂ ਇਹ। ਵਧੀਆ ਜੀ ਵਧੀਆ, ਬਹੁਤ ਵਧੀਆ ਜੀ। ਤੇ ਉਹ ਜਿੱਦਾਂ ਟਾਈਮ ਹੀ ਇਦਾਂ ਦਾ ਹੁੰਦਾ ਸੀਗਾ ਜੀ ਜੀ, ਤੇ ਸਾਡੇ ਇਦਾਂ ਹੁੰਦੀ ਸੀ ਪ੍ਰਾਇਮਰੀ ਸਕੂਲ ਅਸੀਂ ਜਾਂਦੇ ਹੁੰਦੇ ਸੀਗੇ, ਤਾਂ ਉੱਥੇ ਕੀ ਹੋਣਾ ਮਾਸਟਰ ਨੇ ਆ ਭੈਣ ਜੀ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਉਦੋਂ, ਉਹਨਾਂ ਨੇ ਕੀ ਕਰਨਾ ਉਹਨੇ ਚੁੱਪ ਕਰਕੇ ਕਹਿਣਾ ਇੱਕ ਦੂਜੇ ਨੂੰ ਜਿਹੜੀ ਕੋਈ ਕੁੜੀ ਹੁਸ਼ਿਆਰ ਹੋਣੀ ਕਹਿਣਾ ਤੂੰ ਇਹਨਾਂ ਨੂੰ ਦੱਸੀ ਜਾ ਤਾਂ ਅਸੀਂ ਸਵਾਟਰ ਬੁਣੀ ਜਾਂਦੀ ਆ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਹਾਂਜੀ ਹਾਂਜੀ ਹਾਂਜੀ, ਉਹ ਸਵਾਟਰ ਬੁਣਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਜੀ, ਤੇ ਸਾਡੇ ਵਰਗਿਆਂ ਨੂੰ ਕਹਿਣਾ ਨਹੀਂ ਤਾਂ ਤੁਸੀਂ ਆਹ ਬੋਰਡ ਤੇ ਲਿਖੇ ਇਹਨਾਂ ਨੂੰ ਦੱਸੀ ਜਾਓ। ਆ ਮੋਨੀਟਰਨੀਆਂ ਰੱਖੀਆਂ ਹੁੰਦੀਆਂ ਸੀ। ਹਾਂਜੀ, ਉਹਨੀ ਇੱਕ ਜਿਹੜੇ ਬੱਚੇ ਹੁਸ਼ਿਆਰ ਹੁੰਦੇ ਸੀ ਉਹਨਾਂ ਨੂੰ ਮੋਹਰੇ ਕਰ ਦਿੰਦੇ, ਉਹਨਾਂ ਮੋਹਰੇ ਕਰ ਦਿੰਦੇ ਸੀ, ਆਪਣੇ ਕੰਮ ਕਰਨਾ ਸੀ ਉਹਨੀ, ਆਪ ਨਹੀਂ ਕੰਮ ਕਰਨਾ ਜੀ ਜੀ, ਆਉਂਦੇ ਸੀ ਪੜਾਉਣ ਜੀ। ਤੇ ਪਰ ਫੇਰ ਵੀ ਉਹਨਾਂ ਦਿਨਾਂ ਚ ਵੀਰ ਜੀ ਡਰ ਹੁੰਦਾ ਸੀ ਬਹੁਤ ਜੀ ਬਹੁਤ, ਹਨਾ ਜੇ ਟੀਚਰਾਂ ਤੋਂ ਡਰਦੇ ਸੀ ਤਾਂ ਪੜ੍ਹਦੇ ਵੀ ਸੀਗੇ ਜੀ, ਸਹੀ ਗੱਲ ਹੈ। ਹੈ ਨਹੀਂ ਤਾਂ ਪੜ੍ਹਾਈ ਵੀ ਹੈ ਨਹੀਂ, ਹੁਣ ਕੁੱਟ ਵੀ ਹੈ ਨਹੀਂ ਨਾ ਕਰਕੇ, ਨਾਲੇ ਦੇਖੋ ਜੀ ਹੁਣ ਮੀਡੀਆ ਦਾ ਕੰਮ ਹੈ ਤੇ ਉਹ ਹੁਣ ਸਮੇਂ ਨਹੀਂ ਰਹੇ, ਸਮੇਂ ਨਹੀਂ ਰਹੇ, ਉਹ ਟਾਈਮ ਨਹੀਂ ਰਹੇ ਜੀ। ਜਿਹੜੇ ਹੈ ਨਾ ਉਸ ਟਾਈਮ ਤੇ 10 ਜਮਾਤਾਂ ਜਾਂ 8ਵੀਂ 8-9 ਵੀ ਪੜ੍ਹੇ ਸੀ ਜਾਂ ਥੋੜਾ ਵੀ ਪੜ੍ਹੇ ਸੀ ਜੀ, ਉਹ ਫੇਰ ਵੀ ਠੀਕ ਹੈ। ਜਿਹੜੇ ਅੱਜ ਕੱਲ ਪਲੱਸ 2 ਕਹਿੰਦੇ ਆ ਜਾਂ BA ਕਹਿੰਦੇ ਉਹ ਉੱਥੇ ਮੁਕਾਬਲੇ ਚ ਨਹੀਂ, ਨਹੀਂ 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 ਹੈ ਜੀ, ਸਹੀ ਗੱਲ ਹੈ। ਪੜ੍ਹਾਈ ਦਾ ਤਾਂ ਉਹਦਾ ਬਹੁਤ ਫਰਕ ਆ, ਬਹੁਤ ਫਰਕ ਜੀ ਬਹੁਤ ਫਰਕ ਜੀ। ਹਾਂਜੀ, ਜਿਹੜੀ ਉਹ ਪੜ੍ਹਾਈ ਸੀਗੀ ਉਹਦੇ ਵਿੱਚ ਮਾਪਿਆਂ ਦਾ ਵੀ ਹੁੰਦਾ ਸੀ ਵੀ ਮਾਪੇ ਸਾਡੇ ਭੇਜਦੇ ਆ ਤਾਂ ਕੁਛ ਕਰਨਾ ਆ। ਬਿਲਕੁਲ ਜੀ ਬਿਲਕੁਲ, ਮਾਪਿਆਂ ਦਾ ਡਰ ਵੀ ਹੁੰਦਾ ਸੀ ਜੀ, ਨਹੀਂ ਹੈਗਾ ਡਰ ਹੁੰਦਾ ਸੀ ਬੱਚਿਆਂ ਦੇ ਮਨਾਂ 'ਚ ਜੀ ਜੀ, ਉਹ ਤਾਂ ਟਾਈਮ ਪੂਰਾ ਕਰਕੇ ਜਲਦੀ ਆ ਜਾਂਦੇ ਆ ਜੀ, ਬਸ ਸਹੀ ਗੱਲ ਹੈ। ਭੈਣ ਜੀ ਉਹਨੂੰ ਕੁੱਟਦਾ ਵੀ ਡਰ ਸੀਗਾ ਟੀਚਰਾਂ ਦਾ, ਜੈ ਗੁਰਦੇਵ ਜੀ ਜੈ ਗੁਰਦੇਵ ਜੀ। ਅਸੀਂ ਸਾਡੇ ਬੀਬੀ ਆਸ਼ਾ ਮਲ ਜੀ ਤੇ ਜਿਹੜੇ ਬਹੁਤ ਸੋਹਣੇ ਜਾਣੀ ਕਿ ਵਿਚਾਰ ਦੇ ਕੇ ਗਏ ਨੇ, ਇਹ ਸਕੂਲ ਟਾਈਮ ਦੀਆਂ ਗੱਲਾਂ ਦੱਸ ਕੇ ਗਏ ਨੇ, ਔਰ ਕਹਿੰਦੇ ਵੀ ਮੁਰਗਾ ਬਣਾਉਂਦੇ ਹੁੰਦੇ ਸੀ, ਮੈਨੂੰ ਇਹ ਵੱਡੇ ਵੀਰ ਸਾਡੇ ਕੈਰ ਸਾਹਿਬ ਵੀ ਕਹਿੰਦੇ ਵੀ ਮੈਂ ਵੀ ਮੁਰਗਾ ਬਣਦਾ ਹੁੰਦਾ ਸੀ। ਨਹੀਂ ਇਸ ਕਰਕੇ ਮੈਂ ਅੱਜ ਕੈਰ ਸਾਹਿਬ ਜੀ ਉਹਨਾਂ ਤੋਂ ਪਹਿਲੇ ਪੁੱਛਦੇ ਹਾਂ ਵੀ ਇਹ ਕਿਹੜੇ ਹਿਸਾਬ ਨਾਲ ਕਿੱਦਾਂ ਮੁਰਗਾ ਬਣਦੇ ਹੁੰਦੇ ਸੀ, ਕੰਨਾ ਫੜ ਕੇ ਜੀ ਮੁੰਡਾ ਹੋ ਗਿਆ ਕੰਨ ਫੜੋ ਬਸ, ਕਲਾਸ ਦੇ ਗੱਭੇ ਪੜਾ ਰੱਖਦੇ ਜਾਂ ਧੁੱਪੜੇ ਵਿੱਚ ਭੈਣ ਜੀ ਦੱਸ ਗਏ ਵਾਹ ਜੀ ਵਾਹ, ਜਾਣੀ ਕਿ ਛੁੱਟੀਆਂ ਪੈਂਦੀਆਂ ਹੋਣੀਆਂ, ਛੁੱਟੀਆਂ ਨਹੀਂ ਪਹਿਲਾਂ ਕੰਨ ਫੜਾਉਂਦੇ ਬਾਅਦ ਵਿੱਚ ਛੁੱਟੀਆਂ, ਜੋ ਛੁੱਟੀਆਂ ਟਾਈਮ ਹੋਰ ਹੁੰਦਾ ਸੀ। ਚਲੋ ਬਾਅਦ 'ਚ ਪੁੱਛਦੇ ਜੀ, ਇੱਕ ਲਾਈਵ ਕਾਲ ਲੈਂਦੇ ਹਾਂ। ਹੈਲੋ ਜੀ ਜੈ ਗੁਰਦੇਵ ਜੀ, ਕੌਣ ਹੈ ਅਤੇ ਕਿੱਥੋਂ ਜੀ? ਹੈਲੋ ਜੀ, ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ। ਸਤਿ ਸ਼੍ਰੀ ਅਕਾਲ ਜੀ, ਸਲਾਮ ਅਲੈਕਮ ਡਾਕਟਰ, ਤੁਹਾਨੂੰ ਡਾਕਟਰ ਮੁਹੰਮਦ ਇਜਾਜ਼ ਜੀ ਬੋਲ ਰਹੇ ਹਾਂ ਜੀ, ਇਜਾਜ਼ ਜੀ ਵੈਲਕਮ ਜੀ। ਸਕੂਲ ਦਾ ਮੈਨੂੰ ਤੇ ਇੱਕ ਯਾਦ ਹੈਗੀ ਹੈ, ਮੈਂ ਇੱਕ 10ਵੀਂ ਜਮਾਤ ਪਾਸ ਕੀਤੀ ਸੀ ਇੱਕ ਤੇ ਪਾਕਿਸਤਾਨ 'ਚ ਕੈਡਿਟ ਕਾਲਜ ਹੈਗਾ ਆਸਣ ਅਵਤਾਰ 'ਚ ਜੀ,
ਉਹ ਆਰਮੀ ਟਾਈਪ ਆਫ ਸਕੂਲ ਹੈ ਤੇ ਉਹ ਹਸਨ ਸਾਹਿਬ ਤੁਹਾਨੂੰ ਪਤਾ ਹੋਣਾ ਕਿ ਉੱਥੇ ਪੰਜਾ ਸਾਹਿਬ ਦਾ ਗੁਰਦੁਆਰਾ ਵੀ ਬੜਾ ਮਸ਼ਹੂਰ ਹੈ ਜੀ ਜੀ ਉੱਥੇ ਹੁਣੀ ਮੈਂ ਰੀਸੈਂਟਲੀ ਸੁਣਿਆ ਕਿ ਉੱਥੇ ਨਵਾਂ ਰੇਲਵੇ ਸਟੇਸ਼ਨ ਦਾ ਇਫਤਤਾਹ ਵੀ ਕੀਤਾ ਇਮਰਾਨ ਖਾਨ ਨੇ ਹਾਂਜੀ ਹਾਂਜੀ ਉਹ ਬਸ ਉੱਥੋਂ ਦੱਸੀ ਸਾਡਾ ਆਰਮੀ ਟਾਈਪ ਦਾ ਉੱਥੇ ਸਾਡਾ ਪ੍ਰਿੰਸੀਪਲ ਵੀ ਅੰਗਰੇਜ਼ ਹੁੰਦਾ ਸੀ ਜੀ ਯੂ ਕੈਚ ਬੋਲ ਦੀ ਡੈਥ ਹੋ ਗਈ ਹੈ ਤੇ ਉਹ ਮਤਲਬ ਇਹ ਬਸ ਉਹ ਯਾਦਾਂ ਨੇ ਪੁਰਾਣੀਆਂ ਬੜਾ ਐਕਸਪੈਂਸਿਵ ਕਾਲਜ ਹੁੰਦਾ ਸੀ ਵਾਲਦ ਸਾਹਿਬ ਨੂੰ ਬੜਾ ਸ਼ੌਕ ਸੀ ਕਿ ਕੋਈ ਬੱਚਾ ਉਹਨਾਂ ਦਾ ਜੀ ਜੀ ਗਏ ਤੇ ਉਹ ਉਹਨਾਂ ਨੇ ਉੱਥੇ ਮੈਨੂੰ ਪੜ੍ਹਾਇਆ ਸੀ ਜੀ ਤੇ ਬੜਾ 150-200 ਰੁਪਇਆ ਉਹਦਾ ਮਹੀਨੇ ਦਾ ਖਰਚਾ ਸੀ ਉਸ ਕਾਲਜ ਦਾ ਜੀ 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 ਤੇ ਬਹਰਹਾਲ ਉਹ ਯਾਦ ਹੈਗੀ ਹੈ ਸਕੂਲਾਂ ਦੀ ਅੱਛਾ ਜੀ ਡਾਕਟਰ ਜੀ ਕੋਈ ਉਹੋ ਜਿਹੀ ਯਾਦ ਯਾਦ ਹੈ ਭਾਈ ਜਦੋਂ ਕਿਤੇ ਮਾਰ ਮੂਰ ਪਈ ਹੋਵੇ ਉਹ ਮਾਰ ਮੂਰ ਤੇ ਵਾਲਦੈਨ ਬਚਪਨ ਚ ਪੈਂਦੀ ਰਹਿੰਦੀ ਸੀ ਲੇਕਿਨ ਐਵੇਂ ਕਿ ਉਹ ਸਕੂਲ ਚ ਕਾਲਜਾਂ ਚ ਤੇ ਉੱਥੇ ਮਾਰ ਨਹੀਂ ਸਨ ਮਾਰਦੇ ਨਹੀਂ ਸਨ ਜੀ ਤੇ ਪਿੰਡੀ ਚ ਮੈਂ ਪੜ੍ਹਿਆ ਕਾਲਜ ਚ ਵੈਸੇ ਉਹ ਮਤਲਬ ਉੱਥੇ ਵੈਸੇ ਪਹਿਲੇ ਹੁੰਦੀ ਸੀ ਕਾਰਪੋਰਲ ਪਨਿਸ਼ਮੈਂਟ ਇੱਥੇ ਇੰਗਲੈਂਡ ਚ ਹੁੰਦੀ ਸੀ ਜੀ ਲੇਕਿਨ ਪਾਕਿਸਤਾਨ ਚ ਮੈਂ ਨਹੀਂ ਦੇਖਿਆ ਕਿ ਉਹ ਸਕੂਲ ਪ੍ਰਾਇਮਰੀ ਸਕੂਲਾਂ ਛੋਟੇ ਬੱਚੇ ਜਿਹੜੇ ਨੇ ਜੀ 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 ਉੱਥੇ ਮਾਰ ਪੈਂਦੀ ਸੀ ਪੈਂਦੀ ਹੋਵੇ ਲੇਕਿਨ ਬਚਪਨ ਚ ਕਾਲਜਾਂ ਚ ਨਹੀਂ 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 ਕਾਲਜ ਨਹੀਂ ਪ੍ਰਾਇਮਰੀ ਹਾਂਜੀ ਪ੍ਰਾਇਮਰੀ ਸਕੂਲਾਂ ਚ ਹੀ ਹੁੰਦੀ ਸੀ ਜ਼ਿਆਦਾ ਹਾਂ ਛੋਟੇ ਬੱਚਿਆਂ ਦੇ ਜਿਹੜੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਨਹੀਂ ਸ਼ਰਾਰਤਾਂ ਵੀ ਉਦੋਂ ਹੀ ਹੁੰਦੀਆਂ ਸੀ ਜੀ ਉਸ ਉਮਰ ਚ ਹੀ ਹਾਂਜੀ ਸ਼ਰਾਰਤਾਂ ਵੀ ਬੱਚਾ ਉਸੇ ਉਮਰ ਚ ਕਰਦਾ ਹੁੰਦਾ ਜੀ ਆਪਣੀ ਸਕੂਲ ਲਾਈਫ ਦੇ ਕੁਛ ਪਲ ਦੱਸ ਕੇ ਗਏ ਨੇ ਸੋ ਗੱਲ ਚੱਲ ਰਹੀ ਸੀ ਸਾਡੇ ਵੀਰ ਵੱਡੇ ਬਲਬੀਰ ਕੈਂਸ ਜੀ ਇਹ ਵੀ ਆਪਣੀ ਸਟੋਰੀ ਦੱਸ ਰਹੇ ਸੀਗੇ ਹਾਂਜੀ ਤੁਸੀਂ ਆਪਣੀ ਯਾਰੀ ਰੱਖੋ ਜੀ ਸਟੋਰੀ ਆਪਣੀ ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਹੁੰਦੇ ਸੀ ਜਿਹੜੇ ਟੀਚਰ ਜੋ ਤੁਸੀਂ ਮਾੜੀ ਗਲਤੀ ਕਰਕੇ ਤੁਹਾਡੇ ਜਾਣੀ ਕਿ ਉਹਨੇ ਕਹਿਣਾ ਵੀ ਬਸ ਖੜਾ ਹੋ ਜਾ ਕਲਾਸ ਦੇ ਸਾਹਮਣੇ ਵੀ ਸਾਡੇ ਇੱਕ ਟੀਚਰ ਹੁੰਦਾ ਸੀ ਸਮਾਇਲ ਸਾਹਿਬ ਨਾਨਕੀ ਉਹ ਇੱਦਾਂ ਦੇ ਟੀਚਰ ਉਹਨੂੰ ਸਾਰੀ ਸਕੂਲ ਦੀ ਲਾਈਨ ਜਿਹੜੀ ਨਾ ਜੇ ਆਪਣੀ ਕਲਾਸ ਆ ਸਾਰੇ ਖੜੇ ਕਰ ਲੈਣੇ ਸੋਟਾ ਲਿਆਉਣਾ ਜਿੱਦਾਂ ਸਿੱਧੀ ਉਹਨੇ ਕਿਹਾ ਸਾਰਿਆਂ ਕਿਹੜਾ ਹੱਥ ਬਾਹਰ ਕੱਢੋ ਹੈਲੋ ਜੀ ਜਗਰਦੇਵ ਜੀ ਕੌਣ ਹੈ ਤੇ ਕਿੱਥੋਂ ਜੀ ਤੁਹਾਨੂੰ ਦੋਨਾਂ ਵੀਰਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਬਸ ਕਿਰਪਾ ਜੀ ਕਿਰਪਾ ਮੇਰਾ ਨੇ ਉੱਪਰ ਵਾਲੇ ਦੀਆਂ ਬਹੁਤ ਮੇਰਾ ਚਾਹੀਦੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਮੈਂ ਦੇਖ ਰਿਹਾ ਸੀ ਤੇ ਬਚਪਨਾ ਯਾਦ ਆ ਰਿਹਾ ਸਕੂਲ ਟਾਈਮ ਯਾਦ ਆ ਰਿਹਾ ਗੱਲਾਂ ਤੁਹਾਨੂੰ ਤਾਂ ਤੁਹਾਨੂੰ ਕਿਹੜਾ ਨਹੀਂ ਪਤਾ ਜੇ ਗੱਲਾਂ ਸਕੂਲ ਦੀਆਂ ਸ਼ੁਰੂ ਕਰ ਦੇਈਏ ਤੇ ਤਿੰਨ ਘੰਟੇ ਵੀ ਨਿਕਲ ਜਾਂਦੇ ਸੀਗੇ ਸਹੀ ਗੱਲ ਹੈ ਥੋੜਾ ਹੁੰਦਾ ਹਾਂਜੀ ਟਾਈਮ ਬਿਲਕੁਲ ਬਿਲਕੁਲ ਤੇ ਮੈਂ ਤੇ ਇੱਕ ਦੋ ਗੱਲਾਂ ਕਰਨੀਆਂ ਆ ਉਹ ਇਹ ਆ ਵੀ ਜਿਹੜੇ ਸਕੂਲ ਦੇ ਵਿੱਚ ਕਈ ਵਾਰੀ ਕਹਿੰਦੇ ਯਾਰ ਮੈਂ ਉਹ ਸ਼ਰਾਰਤੀ ਬੜਾ ਫਲਾਨਾ ਬੜਾ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੁੰਦਾ ਹਮੇਸ਼ਾ ਹੀ ਹੈ ਵੀ ਜੇ ਉਸ ਉਮਰ ਦੇ ਵਿੱਚ ਸ਼ਰਾਰਤ ਨਹੀਂ ਕਰਨੀ ਤਾਂ ਕਦੋਂ ਕਰਨੀ ਸਹੀ ਗੱਲ ਹੈ ਜੀ ਅਸੀਂ ਤਾਂ ਹੁਣ ਕਰਨ ਰਹੇ ਜੇ ਅਸੀਂ ਸ਼ਰਾਰਤ ਕੀਤੀ ਵੀ ਤਾਂ ਲੋਕਾਂ ਨੇ ਕਹਿਣਾ ਵੀ ਧੌਲੀ ਦਾੜੀ ਹੈ ਇਹਦੀ ਚ ਇਹਨੇ ਬੁੱਢੇ ਨੇ ਕਿਹੜੇ ਕੰਮ ਕਰ ਰਹੇ ਆ ਪਤਾ ਨਹੀਂ ਕਿਉਂ ਕਹਿ ਦਿੰਦੇ ਲੋਕ ਯਾਰ ਇਹ ਸ਼ਰਾਰਤੀ ਬਹੁਤ ਸੀਗਾ ਸ਼ੈਤਾਨੀਆਂ ਬਹੁਤ ਕਰਦਾ ਸੀ ਇਹ ਐਂ ਕਰਦਾ ਯਾਰ ਉਹ ਤੇ ਉਮਰ ਹੁੰਦੀ ਇਸ ਤਰ੍ਹਾਂ ਦੀ ਆ ਉਹ ਜੀ ਜਾਨੀ ਕਿ ਮਤਲਬ ਕਿ ਉਹ ਬੇਪਰਵਾਹ ਹੁੰਦੀ ਆ ਬੰਦਾ ਬੱਚਾ ਬਚਪਨਾ ਜਿਹੜਾ ਆਪਣੀ ਗੱਲ ਦੱਸਦਾ ਆ ਮੇਰੇ ਲੜਕੇ ਦੇ ਮੈਨੂੰ ਇੱਕ ਵਾਰੀ ਟੈਲੀਫੋਨ ਆਇਆ ਲੰਡਨ ਤੋਂ ਬਾਹਰ ਰਹਿੰਦਾ ਉਹ ਜੀ ਇੱਕ ਪਿੰਡ ਦੇ ਵਿੱਚ ਆ ਜੀ ਉਹ ਚੁੱਪ ਮੇਰਾ ਪੋਤਾ ਚਾਰ ਪੰਜ ਸਾਲ ਦਾ ਹੋਇਆ ਤੇ ਮੈਨੂੰ ਰਾਜੀ ਖੁਸ਼ੀ ਕਰਕੇ ਕਹਿੰਦਾ ਡੈਡੀ ਸ਼ਰਾਰਤਾਂ ਬਹੁਤ ਕਰਨ ਲੱਗ ਪਿਆ ਮੈਂ ਕਿਹਾ ਜਦੋਂ ਸ਼ਰਾਰਤਾਂ ਨਾ ਕਰੂਗਾ ਉਦੋਂ ਚਿੰਤਾ ਕਰੀ ਹੁਣ ਤੂੰ ਚਿੰਤਾ ਨਹੀਂ ਕਰਨੀ ਉਮਰ ਜਿਹੜੀ ਉਮਰ ਵਾ ਜੇ ਸ਼ਰਾਰਤਾਂ ਨਹੀਂ ਕਰਦੀਆਂ ਫਿਰ ਕਦੋਂ ਕਰਨੀਆਂ ਸਹੀ ਹੈ ਜੀ ਸ਼ਾਨਦਾਰ ਟਾਈਮ ਹੈ ਜੀ ਉਹਦੇ ਖਾਨੇ ਗੱਲ ਪੈ ਗਈ ਮੈਂ ਕਿਹਾ ਜਦੋਂ ਸ਼ਰਾਰਤਾਂ ਨਾ ਕਰੇਗਾ ਫਿਰ ਫਿਕਰ ਕਰੀ ਵੀ ਕੀ ਗੱਲ ਆ ਇਹ ਕਿਉਂ ਨਹੀਂ ਖੇਲਦਾ ਕਿਉਂ ਨਹੀਂ ਨੱਠਦਾ ਭੱਜਦਾ ਗੱਲ ਕੀ ਆ ਵਾਹ ਸਹੀ ਗੱਲ ਹੈ ਜੀ ਹੈ ਨਾ ਜੀ ਬਿਲਕੁਲ ਸਹੀ ਗੱਲ ਹੈ ਪੁਗਲ ਜੀ ਗੱਲ ਕਰਕੇ ਗਈ ਆ ਵੀ ਉਹ ਜਿਹੜਾ ਇੱਕ ਉਸਤਾਦ ਸੀਗਾ ਉਹ ਬੜਾ ਪਤਾ ਨਹੀਂ ਕਿਹੜਾ ਲਫ਼ਜ਼ ਉਹਨੇ ਵਰਤਿਆ ਸੀਗਾ ਜੀ
मैं मेरे दिमाग से तुरे आते मैं पिछले चले जाता हूं बैकरूम से मैंने भुल गया वो टीचर बीबी जी कह गया वो इदा से देखो जो टीचर उस्ताद होंगे ना अध्यापक होंगे ने बाप वांगू जे अपने बच्चे होंगे अपने बच्चों वांगू ट्रीट करता हों बिल्कुल जी बिल्कुल सानू उस वे सानू चंगे 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 लगते होंगे मास्टर क्यों मास्टर कई करड़े होंगे सख्त होंगे उन्होंने कराई हुई पढ़ाई सानू अज तक काम आ रही है बिल्कुल सही गल है इस करके मैं कहना दसण गल बहुत है मैं अध्यापक मैं आया जो बीबी जी कह गए वो बड़ा उस्ताद पता नहीं टीचर की सगा पर मैं ये कहना चाहना इन्ह दो शेर जेड़ा कम टीचर करता उ बाप बाप का ही टीचर बाप का ही कम करता हों बिल्कुल सही गल जी हाँ लो मैं क्लीयर कर दिया जी बीबी जी कह के गई है ना उन्होंने भी समझ लग जाएगी कि अध्यापक अध्यापक बाप के बराबर होंगे बिल्कुल वो बच्चों नू इदा 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 प्यार करदा इदा पढ़ाउंदा जिदा उहदे अपने बच्चे हुंदे आ बिल्कुल जी अजकल चलो वो गल्लां नहीं तुहानू तुहानू पता मैनू पता सारिया नू पता सही गल है जी आ लाओ फिर वीर जी आ सुनो फिर दो बंद दो पांच चार हुण दिओ जी हुण दिओ जी लिखिया बई ऐड़ा अध्यापक दी आओ गल करिए वाह जी वाह ऐड़ा अध्यापक दी आओ गल करिए ऊड़ा ऐड़ा ही पहला पढ़ाए अध्यापक बहना उठना ते गल बात करनी ए भी बच्चियां ताई सिखाए अध्यापक अध्यापक क्या बात जी ऐड़ा अध्यापक दी आओ गल करिए ऊड़ा ऐड़ा ही पहला पढ़ाए अध्यापक ओए बहना उठना ते गल बात करनी ए भी बच्चियां ताई सिखाए अध्यापक ते सतगुर पासो ही धर्म ज्ञान पाइए जी सतगुर पासों ही धर्म ज्ञान पाइए विद्या विश्व दी पले पाए अध्यापक सुनाउण खातर भविख विद्यार्थी दा वाह कहरां दी यार ओ लाए अध्यापक वाह जी वाह ते अगे लिखा जी भे रंबे अते बच्चे नूं चंडण दी लोड़ हुंदी वाह जी वाह ये अपना अखाण हैगा ही है ना जी पंजाबी बिल्कुल सही गल है जी बिल्कुल सही गल बगल जी रंबे अते बच्चे नूं चंडण दी लोड़ हुंदी कर्म भी वाहवा निभाए अध्यापक बच्चा अक्षर अधूरा ते अनजान हुंदा चंगे माड़े दी परख करवाए अध्यापक क्या बात जी बई अपने विद्यार्थी दी तक सफलता नूं जी अपने विद्यार्थी दी तक सफलता नूं दिल दी खुशी दा इजहार करवाए अध्यापक आलमी जीवन जीवन दी भोगल जाच दसे ताइयों अज भी याद आए अध्यापक क्या बात जी वाह जी वाह जीवन दी भोगल जाच दसे ताइयों अज भी याद आए अध्यापक यारो ताइयों अज भी याद आए अध्यापक वीर जी मेरा एक मेरे दो टीचर सके लंदन रहंदे जी दो टीचर मैंने ता मैं दो शेर लिखे थे उन्होंने मैंने याद आ गई मैं टेलीविजन से बोलता हूं तो अजमेर सिंह गिल पूरे हो गए बेचारे सानू कॉन्टूर से जोग्राफी पढ़ाते होंगे सके मैं चलो कह दे कहना तो नहीं चाहिए कह देना भी मैं उन्होंने फेवरेट स्टूडेंट सगा जो उन्हें मैंने सुनिया ना टेलीविजन से मैं टेलीफोन मैं एक बार किया राजकुश गल कहना गुरदेव सिंह टेलीविजन से काका तू हूं मैं मास्टर जी मैं ही हूं कहना तेरे मेरे घर वाले भी सुन रहे ने मेरी आवाज भी और मैनू उस वेले कहंदा गुरदेव सिंह कहंदा अगले एतवार मेरे को आना साउथ हॉल के बाहर ग्रीन है जी और कुछ इदा जगह ग्रीन इदा कुछ उत्थे रहंदे कहंदा अगले एतवार मैनू मिलन आना है वाइफ नूं नाल लैके और रोटी मेरे घर आके खानी है वाह जी वाह जानी अध्यापक जे पुराने से इदा बच्चों करते थे जिवें अपने बच्चे होंदे आ बिल्कुल सही गल जी है कि ना जी प्यार सी जी प्यार उन्हां दी जिंदगी रोशनाउण वास्ते कोई कसर नहीं छड्डदे जी सही गल है जी हाँ जी अपने मेरे साढ़े अजमेर सिंह गिल उन्हां दा नाम मैं फिर कह दिया ते इन्ने उत्थे भी जदों असीं उमां दे अफ्रीका दे विच रहिंदे हुंदे सीगे उहदे मैं घर जांदे हुंदे सीगा ते बहुत प्यार करदे सी असीं 6 क्लास फैलो इत्थे असीं 6 क्लास फैलो अज भी असीं टेलीफोनां ते गल्लां करदे आ तिन्नां दा घट होंदा तिन्न जणे असीं आपस विच बहुत गल्लां करदे हुंदे आ जी जी है ना जी बहुत चंगा लगता बहुत सोहना लगता सारिया गल्लां करी दियां वेरी नाइस जी वेरी नाइस है ना जी ते ए जदों उन्होंने मैनूं सद्दिया दित्ता उदों ए लाइनां लिखियां सी भई जिहड़ा अध्यापक हुंदा देखो उहदी सोच देखो ओह अपने 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 जिहनूं पढ़ाया हुंदा उहदे वास्ते किद्दां दी सोच होगी उहदी कहिंदा तेरे सदके जावां
ਸਹੀ ਗੱਲ ਆ ਜੀ, ਹੈ ਨਾ। ਕਹਿੰਦਾ ਟੀਵੀ ਤੇ ਸਾਰੇ ਕਹਿੰਦੇ ਮੈਂ ਤੁਹਾਨੂੰ ਸੁਣਦਾ, ਕਹਿੰਦਾ ਗੁਰਦੇਵ ਸਿੰਘ ਤੂੰ ਹੀ ਹੁੰਦਾ। ਮੈਂ ਕਿਹਾ ਮਾਸਟਰ ਜੀ ਮੈਂ ਹੀ ਹੁੰਦਾ, ਮੈਂ ਬੋਰਡਿੰਗ ਸਟੂਡੈਂਟ ਹੁੰਦਾ ਸੀ। ਮੈਂ ਕਿਹਾ ਮਾਸਟਰ ਜੀ ਮੈਂ ਉਹੀ ਹਾਂ। ਇੰਨਾ ਖੁਸ਼ ਹੋਇਆ। ਥੈਂਕ ਯੂ ਸਰ ਜੀ, ਥੈਂਕ ਯੂ ਜੀ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ ਵੀਰਾ ਜੀ, ਬਹੁਤ ਸੋਹਣਾ ਪ੍ਰੋਗਰਾਮ ਹੁੰਦਾ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਇਹ ਸਨ ਜੀ ਸਾਡੇ ਗੁਰਦੇਵ ਸਿੰਘ ਭੋਗਲ ਜੀ, ਜੋ ਬੜੇ ਅੱਛੇ ਆਪਣੇ ਵਿਚਾਰ ਦੇ ਕੇ ਗਏ ਨੇ ਸਾਡੇ ਸਕੂਲ ਲਾਈਫ ਵਾਸਤੇ। ਸੋ ਇੱਕ ਵਾਰੀ ਫਿਰ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਾਂਚੀ ਟੀ ਵੀ ਦੇ ਵਿਹੜੇ ਦੇ ਵਿੱਚ ਅਸੀਂ ਲੈ ਕੇ ਆਈਦਾ ਹੈ ਪ੍ਰੋਗਰਾਮ ਆਪਣੇ ਵਿਚਾਰ, ਔਰ ਆਪਣੇ ਵਿਚਾਰ ਦੇ ਵਿੱਚ ਹਮੇਸ਼ਾ ਹੀ ਸਾਡਾ ਕੋਈ ਨਾ ਕੋਈ ਵੱਖਰਾ ਵਿਸ਼ਾ ਹੁੰਦਾ ਹੈ। ਔਰ ਅੱਜ ਉਸੇ ਤਰ੍ਹਾਂ ਸਾਡਾ ਜੋ ਵਿਸ਼ਾ ਹੈ ਉਹ ਹੈ ਸਕੂਲ ਟਾਈਮ। ਸੋ ਗੱਲ ਕਰਦੇ ਹਾਂ ਸਕੂਲ ਟਾਈਮ ਦੀ। ਸੋ ਇੱਕ ਵਾਰੀ ਫਿਰ ਮੈਂ ਕਹਾਂਗਾ ਕਿ ਸਕਰੀਨ ਦੇ ਅੱਗੇ ਸਾਡੇ ਸਟੂਡੀਓ ਦਾ ਨੰਬਰ ਆ ਰਿਹਾ ਹੈ, ਜੋ ਕਿ ਹੈ 01215024304। ਚੱਕ ਲਓ ਫੋਨ, ਘੁੰਮਾ ਦਿਓ ਨੰਬਰ, ਔਰ ਚਲੇ ਆਓ ਕਾਂਸ਼ੀ ਟੀ ਵੀ ਦੇ ਵਿਹੜੇ ਅੰਦਰ। ਸੋ ਉਸ ਤੋਂ ਪਹਿਲੇ ਇੱਕ ਲਾਈਵ ਖੋਲ ਲੈਂਦੇ ਹਾਂ। ਹੈਲੋ ਜੀ, ਜੈ ਗੁਰਦੇਵ ਜੀ। ਹਾਂਜੀ ਰੂਪਲਾਲ ਜੀ, ਸਾਹਿਬ ਪਿਆਰਾ ਮੰਗਲ ਬੋਰਿਆ ਦਾ ਦੂਸਰੇ ਭਾਈ ਨੂੰ ਵੀ ਵੈਲਕਮ ਜੀ, ਸਾਡੀ ਵੈਲਕਮ ਜੀ, ਵੈਲਕਮ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ। ਮੈਂ ਪਹਿਲੇ ਹਫ਼ਤੇ ਕਹਿ ਤਾ ਬੜੇ ਭਾਈ, ਬੜੇ ਭਾਈ ਨੀ ਮੇਰੇ, ਤੁਸੀਂ ਵੱਡੇ ਭਾਈ ਸਾਡੇ, ਛੋਟੇ ਵੀਰ ਹੀ ਆ ਜੀ। ਤੁਸੀਂ ਅੱਜ ਗੱਲ ਕਰ ਰਹੇ ਆ ਸਕੂਲ ਸਮੇਂ ਦੀ, ਜ਼ਿੰਦਗੀ ਦੀ, ਔਰ ਇਹ ਜਿਹੜੀ ਗੱਲ ਆ ਇਹ ਜ਼ਿੰਦਗੀ, ਮੈਂ ਆਪਣੀ ਇੱਕ ਕਵਿਤਾ ਲਿਖੀ ਆ ਕਿ ਮੈਨੂੰ ਤਾਂ ਅਜੇ ਵੀ ਯਾਦ ਹੈ ਜੀ, ਉਹ ਜ਼ਿੰਦਗੀ ਜਿਹੜੀ ਹੈ ਨਾ ਇਨਸਾਨ ਦੀ ਆ ਬਚਪਨ ਦੀ, ਇਹ ਤਾਂ ਭੁੱਲੇ ਹੀ ਨਹੀਂ ਸਕਦੀ, ਨਹੀਂ ਭੁੱਲ ਸਕਦੀ, ਸਕੂਲ ਦੇ ਦਿਨ ਨਹੀਂ ਭੁੱਲ ਸਕਦੇ। ਸਹੀ ਗੱਲ ਹੈ ਜੀ। ਉਸ ਤੋਂ ਬਾਅਦ ਤੁਸੀਂ ਫਿਰ ਕਾਲਜ ਗਏ ਆ, ਫਿਰ ਤੁਸੀਂ ਜ਼ਿੰਦਗੀ ਆਈ ਆ, ਇਹ ਸਾਰੀ ਗੱਲ ਮੈਂ ਤੁਹਾਨੂੰ ਆਪਣੀ ਕੁਛ ਲੈਣਾ ਸੁਣਾਉਣੀ ਚਾਹੁੰਦਾ, ਸਮਾਂ ਤੁਹਾਡੇ ਪਾਸ ਹੋਵੇ ਤਾਂ ਜੀ। ਜ਼ਰੂਰ, ਇਜਾਜ਼ਤ ਹੈ ਜੀ, ਇਜਾਜ਼ਤ ਹੈ। ਥੈਂਕ ਯੂ ਸਰ। ਲਿਖਿਆ ਹੈ ਕਿ ਮੈਨੂੰ ਤਾਂ ਅਜੇ ਵੀ ਯਾਦ ਹੈ ਮੋਹ ਮਿੱਟੀ ਪਿਆਰ ਦੀ ਹਰ ਚਿਣਕ ਮੇਰੇ ਰੋਮ ਰੋਮ ਚ ਬਾਦ ਹੈ, ਮੈਨੂੰ ਤਾਂ ਅਜੇ ਵੀ ਯਾਦ ਹੈ। ਵਾਹ ਜੀ ਵਾਹ। ਬਚਪਨ ਦੇ ਉਹ ਲੁਕਣ ਮੀਚੀ ਦੇ ਨਜ਼ਾਰੇ, ਵਾਹ ਜੀ, ਬਚਪਨ ਦੇ ਉਹ ਲੁਕਣ ਮੀਚੀ ਦੇ ਨਜ਼ਾਰੇ, ਛੁਪਣਾ ਕੋਠੀਆਂ ਦੇ ਓਲੇ ਜਾਂ ਕੱਚੀਆਂ ਕੰਧਾਂ ਦੇ ਸਹਾਰੇ, ਛੁਪਣਾ ਕੋਠਿਆਂ ਓਲੇ, ਕੋਠੀਆਂ ਸਾਡੀਆਂ ਹੈ ਹੀ ਨਹੀਂ ਸੀ, ਕੋਠੇ ਸੀਗੇ, ਕੋਠੇ ਸੀਗੇ। ਚਲੋ ਸਮੇਂ ਸਮੇਂ ਦੀ ਗੱਲ ਹੈ ਜੀ, ਬਿਲਕੁਲ ਸਮੇਂ ਦੀ ਗੱਲ ਆ ਜੀ। ਅੱਜ ਤਾਂ ਚਲੋ ਕੋਠੀਆਂ ਵੀ ਹੈਗੀਆਂ, ਬਿਲਕੁਲ ਜੀ, ਉਸ ਵੇਲੇ ਦੀ ਗੱਲ ਕਰਦੇ ਹਾਂ, ਅੱਜ ਤੋਂ ਬਹੁਤ 70-75 ਸਾਲ ਦੀਆਂ ਗੱਲਾਂ ਕਰ ਰਹੇ ਹਾਂ ਆਪਾਂ। ਹਾਂਜੀ ਹਾਂਜੀ। ਬਚਪਨ ਦੇ ਲੁਕੜ ਮੀਚੀ ਦੇ ਨਜ਼ਾਰੇ, ਛੁਪਣਾ ਕੋਠਿਆਂ ਦੇ ਓਲੇ ਜਾਂ ਕੱਚੀਆਂ ਕੰਧਾਂ ਸਹਾਰੇ, ਕਦੇ ਬੋੜਾ ਪਿਪਲਾਂ ਦੀ ਛਾਵੇਂ ਪਹਿਰ ਗੁਜ਼ਾਰੇ, ਵਾਹ ਜੀ ਵਾਹ, ਕੋਕਾ ਬਾਟਿਆਂ ਦੀਆਂ ਤਾਂ ਖੇਡੇ ਹੀ ਰਹਿਣਾ, ਜਦੋਂ ਤਾਈ ਮਾਂ ਉੱਚੀ ਉੱਚੀ ਗੁੱਸੇ ਹੋ ਆਵਾਜ਼ਾਂ ਨਾ ਮਾਰੇ, ਵਾਹ ਜੀ, ਉਹ ਮਾਰੇ ਬਲੋੜਾ ਉਹਦੀਆਂ ਗਾਲਾਂ ਕਿ ਉਹਦੀਆਂ ਨਾਲਾਂ, ਵਾਹ ਜੀ ਵਾਹ, ਕ੍ਰੋਧੀ ਹੋ ਮਾਂ ਨੇ ਬੁਲਾਉਣਾ ਉਹਦੀਆਂ ਗਾਲਾਂ ਜਿਉਂ ਕਿ ਉਹਦੀਆਂ ਨਾਲਾਂ, ਉਹ ਦਿਨ ਮੇਰੇ ਦੋਸਤੋ ਭੁਲਾਇਆ ਨਹੀਂ ਉਹ ਭੁੱਲਣੀ, ਕਿਉਂਕਿ ਬਚਪਨ ਜਿਉਂ ਮਿੱਠੜੀ ਸੁਗਾਤ ਹੈ ਮੈਨੂੰ ਤਾਂ ਅਜੇ ਵੀ ਯਾਦ ਹੈ, ਅਜੇ ਵੀ ਯਾਦ ਹੈ, ਵਾਹ ਜੀ ਵਾਹ। ਲਿਖਿਆ ਹੈ ਮੇਰੇ ਦੋਸਤੋ, ਖਿਆਲ ਨਾਲ ਸੁਣਨਾ, ਕਿ ਨਿੱਤ ਸਕੂਲੇ ਪੜ੍ਹਨ ਜਾਣਾ ਕਦੇ ਨਾਕਾ ਨਹੀਂ ਪਾਉਣਾ, ਕਦੇ ਵੀ ਨਹੀਂ ਪਾਉਂਦਾ ਸੀ ਨਾਕਾ, ਕੁਛ ਵੀ ਹੋ ਜਾ ਮੈਂ ਜਾਣਾ ਹੀ ਜਾਣਾ। 5 ਮੀਲ ਸੀ ਸਾਡੇ ਪਿੰਡ ਤੋਂ ਸਕੂਲ, ਨਾਗਪੁਰ ਸਾਡੇ ਪਿੰਡ ਤੋਂ ਜੀ। ਪ੍ਰਾਇਮਰੀ ਸਕੂਲ ਤਾਂ ਆਪਣੇ ਗ੍ਰਾਂ ਸੀ ਪਹਿਲਾਂ, 2 ਸਾਲ ਉੱਥੇ ਵੀ ਗਏ ਹਾਂ ਜੀ ਜੀ, ਜੋ ਘਰੇ ਹੀ ਹੁੰਦਾ ਠਿਕਾਣਾ, ਪਰ ਹਾਈ ਸਕੂਲ ਸੀ ਦੂਰ ਦਰੇਡੇ, 5 ਮੀਲ ਪੈਦਲ ਸੀ ਪੈਂਦਾ ਜਾਣਾ, ਲਿਖਿਆ ਜਿੱਥੇ ਆ ਗਿਆ ਨੈਚੁਰਲੀ ਆ ਗਿਆ ਕਵਿਤਾ ਜੀ। ਸੋ ਮਨ ਜਿਤਲਾ ਪੜ੍ਹਾਈ ਕਰਨੀ, ਖੂਬ ਘੋਟੇ ਲਾਉਣੇ ਜੀ, ਜੋ ਮਾਸਟਰ ਜੀ ਪੜ੍ਹਾਉਣਾ ਜੀ, ਕਿਉਂਕਿ ਸਮਾਂ ਸੀ ਡਾਡਾ ਤੀ, ਕਰਨੇ ਮੋੜ ਨਹੀਂ ਉਹ ਬਰਬਾਦ ਹੈ ਮੈਨੂੰ ਤਾਂ ਅਜੇ ਵੀ ਯਾਦ ਹੈ, ਮੈਨੂੰ ਤਾਂ ਅਜੇ ਵੀ ਯਾਦ ਹੈ, ਵਾਹ ਜੀ ਵਾਹ। ਲਿਖਿਆ ਹੈ ਮੇਰੇ ਦੋਸਤੋ, ਫਿਰ ਸੁਣਨਾ, ਕਿ ਮੈਟ੍ਰਿਕ ਤਾਂ ਹਾਈ ਸਕੂਲ ਅਸੀਂ ਪਹਿਲੇ ਦਰਜੇ 'ਚ ਪਾਸ ਕੀਤੀ ਜੀ, ਅੱਛੀ ਕਿਸਮਤ ਇਹ ਸੀ ਮੇਰੇ ਦੋਸਤੋ, ਮੈਂ ਪਹਿਲਾਂ ਹੀ ਜਦ ਤੋਂ ਹੈ ਨਾ ਬਚਪਨ ਤੋਂ ਮੈਨੂੰ ਯਾਦ ਹੈ ਹਰ ਗੱਲ ਹਰ ਸਮਾਂ, ਕਿ ਮੈਂ ਕਾਫੀ ਅੱਛਾ ਸੀ ਪੜ੍ਹਨ ਦੇ ਵਿੱਚ, ਔਰ ਮੈਂ ਮਨੀਟਰ ਹੁੰਦਾ ਸੀ, ਵਾਹ ਜੀ ਵਾਹ, ਮੈਟ੍ਰਿਕ ਪਹਿਲੇ ਦਰਜੇ ਪਾਸ ਕੀਤੀ, ਜੇ ਕਰਕੇ ਗੁਰਬਤ ਦੇ ਬਾਵਜੂਦ ਬੜੀ ਗਰੀਬੀ ਸੀ ਜੀ, ਪੜ੍ਹਾਈ ਦਾ ਲੜ ਨਹੀਂ ਛੋੜਿਆ, ਕਾਇਮ ਉਂਝ ਰਹੀ ਉਂਝ ਰੱਖੀ ਜੀ, ਵਿਦਿਆ ਨਾਲ ਸੰਗੀਤ ਪ੍ਰੀਤੀ, ਵਾਹ ਜੀ ਵਾਹ। ਫਿਰ ਰਾਮਗੜੀਆ ਕਾਲਜ ਫਗਵਾੜੇ ਬਣਿਆ ਭਵਿੱਖ ਦਾ ਸਹਾਰਾ, ਚਾਹੇ ਤੁਸੀਂ ਆਸਰਾ ਕਹਿ ਲਓ, ਪ੍ਰੀ ਯੂਨੀਵਰਸਿਟੀ ਪਾਸ ਹੁੰਦਿਆਂ
ਫਿਰ ਸ਼ੁਰੂ ਅੰਡਰ ਗ੍ਰੈਜੂਏਸ਼ਨ ਦੀ ਤਿਆਰੀ ਕੀਤੀ। ਵਾਹ, ਸਮਾਂ ਸੀ, ਕਸ਼ਟਾਂ ਤੇ ਕਹਿਰ ਦਾ ਘੁੱਟ ਭਰਨਾ ਪਿਆ ਜੀ, ਫਿਰ ਮਿੱਠੀ ਜ਼ਹਿਰ ਦਾ। ਅੱਧ ਵਿਚਕਾਰ ਡਿਗਰੀ ਕਰਨ ਤੋਂ ਪਹਿਲੇ ਮੈਂ ਪਾਸ ਇਮਤਿਹਾਨ ਦਿੱਤਾ ਸੀ ਤੇ ਮੈਂ ਇੰਗਲੈਂਡ ਆ ਗਿਆ। ਇੰਗਲੈਂਡ ਆ ਗਿਆ ਜੀ, ਵਾਹ ਜੀ। ਮਜਬੂਰਨ ਅੱਧ ਵਿਚਕਾਰ ਪੜ੍ਹਾਈ ਤੋਂ ਫਿਰ ਮਜਬੂਰਨ ਰਿਹਾਈ ਸੀ ਕੀਤੀ। ਬਸ ਜਾਣਿਓ ਇਹ ਸੀ ਸਾਡੇ ਜੀਵਨ ਦੀ ਸ਼ੁਰੂਆਤ, ਕਿਉਂਕਿ ਮੈਨੂੰ ਤਾਂ ਅਜੇ ਵੀ ਹੈ ਯਾਦ ਮੋਹ ਮਿੱਟੀ ਪਿਆਰ ਦੀ ਹਰ ਚਿੰਨ ਮੇਰੇ ਰੋਮ ਰੋਮ ਚ ਹੈ। ਹੁਣ ਬਸ ਇੱਥੇ ਆਪਾਂ ਗੱਲ ਮੁਕਾਉਂਦੇ, ਅੱਗੇ ਜਿਹੜੀ ਕਹਾਣੀ ਹੈ ਬਹੁਤ ਲੰਬੀ ਆ, ਕਿਉਂਕਿ ਤੁਸੀਂ ਗੱਲ ਆਪਾਂ ਬਚਪਨ ਦੀ ਕਰ ਰਹੇ ਹਾਂ, ਸਕੂਲ ਦੀ ਕਰ ਰਹੇ ਹਾਂ, ਕਿਉਂਕਿ ਉਹ ਜਿਹੜੀ ਗੱਲ ਆ ਉਹ ਉੱਥੇ ਨਹੀਂ, ਫਿਰ ਅਗਲੀ ਜਿਹੜੀ ਗੱਲ ਆ, ਕਿਉਂਕਿ ਮੈਂ ਕਵੀ ਆ, ਕਵਿਤਾ ਦੇ ਵਿੱਚ ਹੀ ਲਿਖਦਾ ਆ, ਉਹ ਆਪਾਂ ਹੁਣ ਰਹਿਣ ਦਿੰਦੇ ਹਾਂ, ਕਿਉਂਕਿ ਉਹ ਲੰਬੀ ਕਹਾਣੀ ਹੋਣੀ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸਬਜੈਕਟ ਦੇ ਨਾਲ ਹੀ ਰਹਿਣ ਦਾ ਮੇਰਾ ਮਕਸਦ ਹੁੰਦਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਅੱਛੇ ਇਨਸਾਨ ਜੋ ਮੈਨੂੰ ਸਮਝ ਰਹੇ ਹੋ, ਮੈਂ ਆਪਣੀ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਦੇਣਾ। ਥੈਂਕ ਯੂ ਸਰ, ਥੈਂਕ ਯੂ ਜੀ, ਹੈ ਗੁੱਡ ਡੇ, ਧੰਨਵਾਦ ਜੀ। ਬਹੁਤ ਜੀ ਬਹੁਤ ਸਾਡੇ ਪਿਆਰੇ ਲਾਲ ਬੰਗਰ ਜੀ, ਜਾਣੀ ਕਿ ਬਹੁਤ ਸੋਹਣੀ ਕਵਿਤਾ, ਪੂਰੀ ਜਾਣੀ ਕਿ ਜ਼ਿੰਦਗੀ ਪਵੋ ਕੇ ਰੱਖੀ ਹੋਈ ਹੈ ਉਹਨਾਂ ਨੇ, ਅਤੇ ਵੈਰੀ ਗੁੱਡ। ਬਹੁਤ ਤੋਂ ਹਾਂਜੀ ਦੁਆ ਜੀ ਕਰੋ। ਅੱਛਾ, ਮੈਂ ਕਿਹਾ ਤੁਸੀਂ ਸ਼ਾਇਦ ਕੁਝ ਕਹਿ ਰਹੇ ਸੀ। ਸੋ ਬਹੁਤ ਹੀ ਵਧੀਆ ਗੱਲਾਂ ਕਰਕੇ ਗਏ ਨੇ ਸਾਡੇ ਪਿਆਰੇ ਲਾਲ ਬੰਗਰ ਜੀ। ਸੋ ਉਸ ਤੋਂ ਪਹਿਲਾਂ ਅੱਗੇ ਵਧਣ ਤੋਂ ਪਹਿਲੇ ਇੱਕ ਹੋਰ ਲਾਈਵ ਕਾਲ ਲੈ ਲੈਂਦੇ ਹਾਂ। ਹੈਲੋ ਜੀ, ਜੈ ਗੁਰਦੇਵ ਜੀ। ਹੈਲੋ ਵੀਰ ਜੀ, ਵੈਰੀ ਵੈਰੀ ਜੈ ਗੁਰਦੇਵ, ਤੁਹਾਨੂੰ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਆ ਜੀ। ਉਹ ਭੋਗ ਜੀ ਕਹਿ ਕੇ ਗਏ ਆ ਵੀ ਬੀਬੀ ਨੇ ਇੱਦਾਂ ਕਿਹਾ, ਮੈਂ ਕੋਈ ਮਾੜੀ ਗੱਲ ਨਹੀਂ ਕਹੀ ਹੈਗੀ, ਮੈਂ ਇਹ ਕਿਹਾ ਸੀਗਾ ਵੀ ਕਈ ਵਾਰੀ ਟੀਚਰ ਇੱਦਾਂ ਕਰ ਜਾਂਦੇ, ਸਾਡੇ ਮਾਂ ਪਿਓ ਵੀ ਸਾਡੇ ਤੇ ਗੁੱਸੇ ਹੋ ਜਾਂਦੇ ਆ ਜੀ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਟੀਚਰ ਤਾਂ ਸਾਡੇ ਗੁਰੂ ਹੁੰਦੇ ਆ ਜੀ 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 ਜੀ। ਤੇ ਹੁਣ ਵੀ ਤੁਸੀਂ ਦੇਖਦੇ ਆ ਕਈਆਂ ਦੀ ਹਾਲਤ ਇੱਦਾਂ, ਬੱਚਿਆਂ ਦੀ ਕੁੱਟ ਕੁੱਟ ਕੇ ਕਰ ਦਿੰਦੇ ਆ, ਮਾਪੇ ਕੰਪਲੇਨ ਵੀ ਕਰਦੇ ਆ। ਸੋ ਜਿਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਚੱਲ ਰਿਹਾ ਸਾਡਾ ਸਕੂਲ ਲਾਈਫ, ਸੋ ਸਕੂਲ ਲਾਈਫ ਦੇ ਵਿੱਚ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਦਿਨ ਆਉਂਦੇ ਹਰ ਇਨਸਾਨ 'ਤੇ, ਚੰਗੇ ਵੀ ਬੜੇ ਆਉਂਦੇ ਆ, ਮਾੜੇ ਵੀ ਬਹੁਤ ਆਉਂਦੇ ਆ, ਪਰ ਬਚਪਨ ਇੱਕ ਇਹੋ ਜਿਹੀ ਚੀਜ਼ ਹੈ ਕਿ ਜਾਣੀ ਕਿ ਬੰਦਾ ਕੋਈ ਫਿਕਰਾਂ ਤੋਂ ਬੇਪਰਵਾਹ ਹੁੰਦਾ, ਉਸ ਟਾਈਮ ਬੱਚਾ ਕੀ ਕਰਦਾ ਕੀ ਨਹੀਂ ਕਰਦਾ ਕਿਸੇ ਨੂੰ ਕੁਛ ਨਹੀਂ ਪਤਾ ਹੁੰਦਾ ਜੀ। ਸੋ ਉਸ ਤੋਂ ਪਹਿਲੇ ਇੱਕ ਹੋਰ ਲਾਈਵ ਬੋਲ ਗਏ ਲਈਏ। ਹੈਲੋ ਜੀ, ਜੈ ਗੁਰਦੇਵ ਜੀ, ਕੌਣ ਇੱਥੇ ਕਿੱਥੋਂ ਜੀ? ਹਾਂਜੀ, ਧੰਨ ਗੁਰਦੇਵ ਜੀ, ਰੂਪ ਜੀ, ਮੈਂ ਰਜਿੰਦਰ ਬੋਲਦੀ ਹਾਂ ਰੈਸਟ ਤੋਂ। ਆਓ ਜੀ ਰਜਿੰਦਰ ਜੀ, ਵੈਲਕਮ ਜੀ ਤੁਹਾਡਾ ਜੀ। ਹਾਂਜੀ, ਥੈਂਕ ਯੂ ਤੁਹਾਡਾ। ਬਾਕੀ ਮੈਂ ਕਹਿਣਾ ਚਾਹੁੰਦੀ, ਕਾਫੀ ਦੇਰ ਦੀ ਮੈਂ ਨੰਬਰ ਘੁਮਾਉਂਦੇ ਆ ਕਿ ਲੱਗਦਾ ਵੀ ਨੰਬਰ ਤੁਹਾਡਾ ਛੇਤੀ। ਓਹੋ, ਹਾਂਜੀ, ਚਲੋ ਕੋਈ ਨਹੀਂ। ਤੇ ਬਾਕੀ ਆਹ ਮੈਂ ਕਹਿਣਾ ਚਾਹੁੰਦੀ ਹੈਗੀ ਆ ਕਿ ਜਿਹੜਾ ਤੁਹਾਡਾ ਟਾਈਮ ਹੈਗਾ ਆ ਉਹ ਬਹੁਤ ਘੱਟ ਹੈਗਾ ਆ, ਇੱਕ ਘੰਟੇ ਦਾ, ਤੇ ਇਹਨਾਂ ਨੂੰ ਥੋੜਾ ਜਿਹਾ ਬੰਦਾ ਭਾਜੀ ਨੂੰ ਕਹਿ ਕੇ ਤੁਸੀਂ ਅਸੀਂ ਵਧਾਉਣਾ ਚਾਹੁੰਦੇ ਹਾਂ ਕਿ ਤੁਹਾਡਾ ਟਾਈਮ ਥੋੜਾ ਵਧੇ। ਥੈਂਕ ਯੂ ਜੀ। ਤਾਂ ਜੋ ਕੌਲਾਂ ਤੁਹਾਡੀਆਂ ਸਾਡੀਆਂ ਮੇਰੀਆਂ ਜਿੰਨੀਆਂ ਨੇ ਇੱਥੇ ਦੀਆਂ ਫਰੈਂਡਾਂ ਹੈਗੀਆਂ ਉਹ ਕਰ ਸਕਣ ਫੋਨ, ਕਿਉਂਕਿ ਬਹੁਤ ਮੇਰੀਆਂ ਫਰੈਂਡਾਂ ਤੁਹਾਡਾ ਗੱਲਬਾਤ ਕਰਨਾ ਚਾਹੁੰਦੇ, ਆਪਣੇ ਵਿਚਾਰ ਦੇਣਾ ਚਾਹੁੰਦੀਆਂ, ਪਰ ਉਹਨਾਂ ਦਾ ਫੋਨ ਲੱਗ ਨਹੀਂ ਰਿਹਾ। ਓਕੇ, ਲੱਗ ਨਹੀਂ ਰਿਹਾ, ਬਾਕੀ ਇਹ ਟਾਈਮ ਵੀ ਇੱਕ ਘੰਟਾ ਦਾ ਇੱਕ ਫਟਾਫਟ ਨਿਬੜ ਜਾਂਦਾ ਆ, ਖਤਮ ਹੋ ਜਾਂਦਾ ਹੈਗਾ। ਤੇ ਥੋੜਾ ਜਿਹਾ ਉਹਨਾਂ ਨੂੰ ਸਾਡੀ ਰਿਕੁਐਸਟ ਹੈਗੀ ਜੇ ਤੁਹਾਨੂੰ ਥੋੜਾ ਜਿਹਾ ਟਾਈਮ ਤੁਹਾਡਾ ਵਧਾ ਦੇਣ ਹੋਰ ਤਾਂ। ਕੋਈ ਨਹੀਂ ਜੀ, ਕਰਦੇ ਆਪਾਂ ਗੱਲ ਇਹ ਮੈਨੇਜਮੈਂਟ ਦੇ ਨਾਲ ਜੀ। ਹਾਂਜੀ, ਤਾਂ ਬਾਕੀ ਆ ਹੈਗਾ ਆ ਸਕੂਲ ਦਾ ਟਾਈਮ ਹੈਗਾ, ਇਹਦੀਆਂ ਤਾਂ ਯਾਦਾਂ ਜਿਹੜੀਆਂ ਉਹ ਬਹੁਤ ਪੁਰਾਣੀਆਂ ਆਪਣੀਆਂ ਹੈਗੀਆਂ, ਜਦੋਂ ਆਪਾਂ ਸਾਰੇ ਸਕੂਲਾਂ ਦੇ ਵਿੱਚ ਪੜ੍ਹੇ ਹਾਂ, ਕਾਲਜਾਂ ਦੇ ਵਿੱਚ ਵੀ ਪੜ੍ਹੇ ਹਾਂ, ਆਪਣੇ ਆਪਣੇ ਭੈਣ ਭਰਾ ਵਿਚਾਰ ਦੇ ਕੇ ਗਏ ਆ, ਬਹੁਤ ਸੋਹਣੇ ਆਪਣੇ ਆਪਣੀਆਂ ਗੱਲਾਂ ਵਿਚਾਰਾਂ ਪੁਰਾਣੀਆਂ ਗੱਲਾਂ ਚੇਤੇ ਆਉਂਦੀਆਂ। ਤੇ ਇਸੇ ਤਰ੍ਹਾਂ ਸਾਨੂੰ ਵੀ ਆਪਾਂ ਵੀ ਜਦੋਂ ਸਕੂਲੇ ਜਾਂਦੇ ਸੀਗੇ ਤਾਂ ਪਹਿਲਾਂ ਹੀ ਚਲ ਜਾਣਾ ਹੈਗਾ, ਅੱਧਾ ਘੰਟਾ ਪਹਿਲਾਂ ਹੀ ਜਾ ਕੇ ਉੱਥੇ ਖੇਲਣਾ, ਰਸਤਾ ਟੱਪਣਾ, ਆਪਣਾ ਆਰਾਮ ਪਿੱਛੋਂ ਖੇਡਣਾ, ਤਾਂ ਜਿਹੜੇ ਆਪਣੇ ਪੜ੍ਹਨ ਵਾਲੀਆਂ ਕੁੜੀਆਂ ਹੁੰਦੇ ਸਟੂਡੈਂਟ ਹੁੰਦੇ ਆ ਉਹ ਟੀਚਰ ਉਹਨਾਂ ਨੂੰ ਸਵੇਰ
ਸਵੇਰੇ ਜਲਦੀ ਵੀ ਬੁਲਾ ਲੈਂਦੇ ਸੀਗੇ, ਪਟੀਸ਼ਨ ਦਿੰਦੇ ਵੀ ਸੀਗੇ, ਉਹਨਾਂ ਦਾ ਐਕਸਟਰਾ ਟਾਈਮ ਉਹਨਾਂ ਨੂੰ ਦਿੰਦੇ ਸੀਗੇ ਵੀ ਇਹ ਪੜ੍ਹਨ ਵਾਲੇ ਬੱਚੇ ਹੈਗੇ ਪੜ੍ਹ ਲੈਣਗੇ ਜੀ ਜੀ, ਤੇ ਬਾਕੀ ਆਪਣੀਆਂ ਰੋਟੀ ਪਾਣੀ ਅਸੀਂ ਲੈ ਜਾਣਾ ਘਰੋਂ ਤੇ ਅੱਧੀ ਛੁੱਟੀ ਹੋਣੀ ਤੇ ਅਸੀਂ ਕੋਠੇ ਟੋਲੀਆਂ ਬਣਾ ਕੇ ਬਹਿ ਜਾਣਾ ਸਾਰੀਆਂ ਨੇ ਆਪਣੇ ਆਪਣੇ ਡੱਬੇ ਖੋਲ ਲੈਣੇ ਹੈਗੇ ਆ ਤੇ ਟੇਸਟ ਕਰਨਾ ਇੱਕ ਦੂਜੇ ਦੀਆਂ ਦਾਲਾਂ ਸਬਜ਼ੀਆਂ ਦੇ ਵਿੱਚ ਜਾਂਦੇ ਨੇ ਉਹ ਜਿਹੜਾ ਟਾਈਮ ਆ ਰੁਕ ਜੀ ਉਹ ਕਿੱਥੇ ਮੁੜ ਕੇ ਆਉਣਾ ਹੈਗਾ। ਜਦੋਂ ਮੈਂ ਇੰਡੀਆ ਗਈ ਉੱਥੇ ਫਗਵਾੜੇ ਸਾਡੇ ਸਕੂਲ ਦੇ ਵਿੱਚ ਮੈਂ ਗਈ ਦੇਖਣ ਵਾਸਤੇ ਗਏ ਸੀਗੇ ਮੈਂ ਤੇ ਮੇਰੀ ਹਸਬੈਂਡ ਤੇ ਅਸੀਂ ਮੈਂ ਨਾ ਦੱਸ ਦਿੱਤੀ ਮੈਂ ਕਿਹਾ ਉਸ ਕੋਨੇ ਦੇ ਉੱਤੇ ਅਸੀਂ ਬਹਿ ਕੇ ਪੰਜ ਛੇ ਇਕੱਠੀਆਂ ਰੋਟੀ ਖਾਂਦੀਆਂ ਹੁੰਦੀਆਂ ਤੇ ਇੱਥੇ ਅਸੀਂ ਖੇਡਦੇ ਹੁੰਦੇ ਸੀਗੇ। ਹੋਰ ਕੋਈ ਦੇਖੀਏ ਨਾ ਦੇਖੀਏ ਆਪਣਾ ਸਕੂਲ ਜ਼ਰੂਰ ਸਾਡੀ ਜ਼ਿੰਦਗੀ ਦੀ ਜਿਹੜੀ ਵਿਦਿਆਲੀ ਸ਼ੁਰੂਆਤ ਸੀ ਆ ਉਹ ਜਗ੍ਹਾ ਆ ਜਿੱਥੋਂ ਜਾਣੀ ਕਿ ਸਭ ਤੋਂ ਇੱਥੇ ਚਾਹੀਦਾ ਜਿੱਥੇ ਸਾਨੂੰ ਕੁੱਟ ਪੈਂਦੀ ਸੀ ਦੇਖਣ ਵੀ ਸਾਨੂੰ ਇੱਥੇ ਕੁੱਟ ਪੈਂਦੀ ਸੀ ਜਾਣੋ ਇੱਥੇ ਖੜੇ ਕਰਦੇ ਹੁੰਦੇ ਸੀਗੇ ਧੁੱਪੇ ਨਹੀਂ ਮੈਂ ਤਾਂ ਜਾਣੀ ਕਿ ਇਹ ਨਹੀਂ ਦੇਖਦਾ ਹੁੰਦਾ ਸੀ ਸਾਨੂੰ ਕੁੱਟ ਪੈਂਦੀ ਹੁੰਦੀ ਸੱਚ ਸੱਚ ਦੱਸਣਾ ਮੈਂ ਤਾਂ ਇਹ ਦੇਖਦਾ ਹੁੰਦਾ ਸੀ ਕਿਹਨਾਂ ਨੂੰ ਕੁੱਟ ਪੈਂਦੀ ਹੁੰਦੀ ਸੱਚ ਬੋਲੋ ਰਜਿੰਦਰ ਜੀ ਦੇਖੋ ਜੀ ਜਿਹੜੇ ਪੜ੍ਹੇ ਲਿਖੇ ਇਨਸਾਨ ਹੈ ਨਾ ਜਿਹੜੇ ਪੜ੍ਹ ਗਿਆ ਸਾਡੇ ਬੀਬੀ ਆਸ਼ਾ ਜੀ ਲਾ ਲਓ ਜਾਂ ਭੋਗੋ ਜੀ ਹੋਣੀ ਲਾ ਲਓ ਜਾਂ ਸਾਡੇ ਡਾਕਟਰ ਬੰਗਰ ਜੀ ਹੋਣੀ ਆਪਣੇ ਪਿਆਰਾ ਲਾਲ ਬੰਗਰ ਜੀ ਦੇਖ ਲਓ ਅੱਜ ਪਤਾ ਲੱਗਦਾ ਕਿ ਉਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ। ਹਾਂਜੀ ਤੇ ਜਿਹਨਾਂ ਨੇ ਪੜ੍ਹਨਾ ਨਹੀਂ ਸੀ ਤਾਂ ਫਿਰ ਉਹ ਨਾ ਉਹ ਹੈ ਵੀ ਅੱਜ ਉਹ ਉੱਥੇ ਕੀ ਆ ਜਾਣੀ ਕਿ ਕੰਮ ਕਾਰ ਵੀ ਉਹਨਾਂ ਦੇ ਫੈਕਟਰੀਆਂ ਫੁਕਟਰੀਆਂ ਦੇ ਵਿੱਚ ਹੀ ਆ। ਬਿਲਕੁਲ ਹਾਂਜੀ ਤੇ ਗੱਲ ਕਰਨਾ ਚਾਹੁੰਦੀ ਹਾਂ ਮੈਂ ਤੇ ਜਾਣ ਕੇ ਪਹਿਲਾਂ ਜਿਹੜੀਆਂ ਪੜ੍ਹਾਈਆਂ ਸੀਗੀਆਂ ਦਸਵੀਂ ਤੱਕ ਜਿਹੜੇ ਪੜ੍ਹ ਗਏ ਸੀ ਬੜੇ ਉਹ ਵੀ ਗਈ ਜਾਂਦੀ ਸੀ ਕਿ ਮੈਂ ਵੀ ਪੜ੍ਹਿਆ ਲਿਖਿਆ ਬੰਦਾ ਦਸਵੀਂ ਕਰ ਗਿਆ ਤੇ ਅੱਜ ਕੱਲ੍ਹ ਇੰਨੇ ਬੱਚੇ ਇੰਟੈਲੀਜੈਂਟ ਆ ਇੰਨੇ ਇੰਟੈਲੀਜੈਂਟ ਮੈਂ ਦੇਖ ਰਹੀ ਹਾਂ ਜਿਹਨੂੰ ਇੰਡੀਆ ਦੇ ਵਿੱਚ ਵੀ ਪੁੱਛੋ ਇੱਥੇ ਵੀ ਪੁੱਛੋ ਬੱਚੇ ਹਨਾ ਕਿ ਕੀ ਤੁਸੀਂ ਆਹ ਕੀ ਪੜ੍ਹਾਈਆਂ ਕੀਤੀਆਂ ਸਾਨੂੰ ਕਈ ਪੜ੍ਹਾਈਆਂ ਬਾਰੇ ਵੀ ਨਹੀਂ ਪਤਾ ਇਹਨੇ ਕਿਹੜਾ ਕੋਰਸ ਕੀਤੀ ਬਹੁਤ ਸਮਾਰਟ ਹੈ ਜੀ ਅੱਜ ਕੱਲ੍ਹ ਤਾਂ ਬੱਚੇ ਇੰਨੇ ਹੁਸ਼ਿਆਰ ਆ ਬੱਚੇ ਅੱਜ ਕੱਲ੍ਹ ਦੇ ਇੰਡੀਆ ਦੇ ਵੀ ਨਿੱਕੀਆਂ ਨਿੱਕੀਆਂ ਕੁੜੀਆਂ ਮੁੰਡੇ ਤੇ ਅਸੀਂ ਆਹ ਡਿਗਰੀਆਂ ਕੀਤੀਆਂ ਅਸੀਂ ਆਹ ਡਿਗਰੀਆਂ ਕੀਤੀਆਂ ਇੰਟੈਲੀਜੈਂਟ ਵੀ ਬਹੁਤ ਹੈਗੇ ਆ ਜੀ ਜੀ ਸਾਨੂੰ ਪਤਾ ਹੋਰ ਕੀ ਕਹੋਗੇ ਫਿਰ ਤੁਸੀਂ ਅੱਜ ਸੁਣਾਓਗੇ ਕੀ ਅੱਛਾ ਮੈਂ ਪਤਾ ਕਿੱਦਾਂ ਮੈਂ ਆਪਣੀ ਜਾਣ ਕੇ ਦਿੱਤੀ ਗੱਲ ਦੱਸ ਰਹੀ ਹਾਂ ਤੇ ਜਦੋਂ ਡਰਾਮੇ ਹੁੰਦੇ ਸੀ ਸਾਡੇ ਸਕੂਲਾਂ ਦੇ ਵਿੱਚ ਜੀ ਜੀ ਹੈ ਤੇ ਉਹਦੇ ਵਿੱਚ ਮੈਂ ਸਟੂਡੈਂਟ ਬਣੀ ਸੀਗੀ ਤਾਂ ਮੇਰੀ ਇੰਟਰਵਿਊ ਲੈਂਦੇ ਸੀ ਜਾਣ ਕੇ ਮੈਂ ਉਸ ਵੇਲੇ 5-6 ਸਾਲ ਦੀ ਸੀਗੀ ਤਾਂ ਉਸ ਵੇਲੇ ਦੀਆਂ ਗੱਲਾਂ ਹੁਣ ਵੀ ਮੈਨੂੰ ਚੇਤੇ ਆ ਉਹ ਸਾਡੇ ਮਾਸਟਰ ਨੇ ਮੈਂ ਦਾਖਲ ਹੋਣਾ ਚਾਹੁੰਦੀ ਸੀ ਸਕੂਲ ਦੇ ਵਿੱਚ ਜਾਣ ਕੇ ਉਹ ਕੀ ਪੁੱਛਦਾ ਆ ਮੇਰੇ ਤੋਂ ਮਾਸਟਰ ਹੀ ਕਹਿੰਦਾ ਹਾਂਜੀ ਹਾਂਜੀ ਆਓ ਜੀ ਕਹਿੰਦਾ ਤੁਹਾਡਾ ਨਾਮ ਕਿਆ ਹੈ ਤੋ ਕਹਾਂ ਕਾ ਦੇਣੀ ਵਾਲੇ ਹੈ ਤੂੰ ਮੈਂ ਮੁੰਡਾ ਬਣੀ ਸੀ ਉਸ ਵੇਲੇ ਤੇ ਉਹ ਕਹਿੰਦਾ ਮੇਰਾ ਨਾਮ ਰਾਜੂ ਖੁਰਾਨਾ ਹੈ ਨਾਮ ਬਹਿਤੀ ਹੈ ਗੰਗਾ ਵਹਾਂ ਮੇਰਾ ਨਾਮ ਮੇਰਾ ਨਾਮ ਰਾਜੂ ਖੁਰਾਨਾ ਹੈ ਨਾਮ ਬਹਿਤੀ ਹੈ ਗੰਗਾ ਵਹਾਂ ਮੇਰਾ ਨਾਮ ਮੇਰਾ ਨਾਮ ਰਾਜੂ ਉਹ ਕਹਿੰਦਾ ਮਾਸਟਰ ਜੀ ਕਹਿੰਦਾ ਕਹਿੰਦਾ ਤੁਹਾਡੇ ਮਾਂ ਬਾਪ ਕੌਣ ਹੈ ਉਹ ਕਹਿੰਦਾ ਤੁਮ ਹੀ ਹੋ ਮਾਤਾ ਪਿਤਾ ਤੁਮੀ ਹੋ ਵਾਹੀ ਵਾਹ ਜੋ ਬੰਦੂ ਸਕਾ ਤੁਮੀ ਹੋ ਕਹਿੰਦੇ ਜਿਹੜੇ ਟੀਚਰ ਆ ਉਹੀ ਸਾਡੇ ਮਾਂ ਬਾਪ ਆ ਸਹੀ ਗੱਲ ਹੈ ਜੀ ਜੀ ਤੁਮ ਹੀ ਹੋ ਮਾਤਾ ਪਿਤਾ ਤੁਮੀ ਹੋ ਤੁਮੀ ਹੋ ਬੰਦੂ ਸਕਾ ਤੁਮੀ ਹੋ ਤੇ ਮਾਸਟਰ ਜੀ ਕਹਿਣ ਲੱਗੇ ਕਹਿੰਦਾ ਵੀ ਕਿੱਦਾਂ ਦੇ ਜਵਾਬ ਦਿੰਦਾ ਹੈ ਇਹ ਤੂੰ ਸ਼ਰਾਬ ਪੀਤੀ ਆ ਕਹਿੰਦਾ ਮੁਝੇ ਦੁਨੀਆ ਵਾਲੋ ਸ਼ਰਾਬੀ ਨਾ ਸਮਝੋ
मैं पीता नहीं हूँ, पिलाई गई है दुनिया वालों, शराबी न समझो मैं पीता नहीं हूँ, पिलाई गई है। वाह जी वाह जी वाह। ਰਜਿੰਦਰ ਜੀ ਹਮੇਸ਼ਾ ਦੀ ਤਰ੍ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਭਾਗ ਲੈਂਦੇ ਨੇ ਔਰ ਬਹੁਤ ਅੱਜ ਤੇ ਜਾਣ ਕੇ ਕਮਾਲ ਕਰਕੇ ਗਏ ਨੇ, ਹਮੇਸ਼ਾ ਹੀ ਕਮਾਲ ਕਰਦੇ ਨੇ, ਅੱਜ ਨਵੇਂ ਨਹੀਂ ਹਮੇਸ਼ਾ ਹੀ ਕਮਾਲ ਕਰਦੇ ਨੇ, ਬਹੁਤ ਸੋਹਣਾ। ਸੋ ਥੈਂਕ ਯੂ ਹਰਜਿੰਦਰ ਜੀ, ਸਪੈਸ਼ਲ ਸੀਗਾ। ਹਾਂਜੀ ਹਾਂਜੀ। ਸੋ ਗੱਲ ਅਸੀਂ ਕਰ ਰਹੇ ਸੀ ਸਕੂਲ ਲਾਈਫ ਦੀ, ਜੋ ਕਿ ਬਚਪਨ ਜਿਹੜਾ ਆਪਾਂ ਜਿਸਲਾ ਕੋਈ ਫਿਕਰ ਫਾਕਾ ਨਹੀਂ ਹੁੰਦਾ ਸੀ, ਤਕਰੀਬਨ ਸੱਤਵੀਂ ਅੱਠਵੀਂ ਤੱਕ ਤਾਂ ਇੱਦਾਂ ਹੀ ਹੁੰਦਾ ਸੀ, ਉਦੋਂ ਬਾਅਦ ਫਿਰ ਥੋੜ੍ਹੀ ਥੋੜ੍ਹੀ ਸੁਰਤ ਆਉਣ ਲੱਗਦੀ ਸੀ, ਹੈ ਨਾ। ਪਰ ਉਹ ਹੀ ਜਾਣੀ ਕਿ ਅੱਜ ਤਾਂ ਗੱਲ ਕਰਦੇ ਸੀ ਤੁਸੀਂ। ਹੈਲੋ ਜੀ, ਜੈ ਗੁਰਦੇਵ ਜੀ, ਕੌਣ ਅਤੇ ਕਿੱਥੋਂ ਜੀ? ਹਾਂਜੀ ਹਾਂਜੀ, ਜੈ ਗੁਰਦੇਵ ਜੀ, ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ, ਕੌਣ ਅਤੇ ਕਿੱਥੋਂ ਜੀ? ਮੈਂ ਕਮਲਜੀਤ ਸੋਪਾਲ ਸੋਫਟ। ਕੀ ਬਾਤਾਂ ਜੀ, ਆਹ ਲਓ ਜੀ ਵੀਰ ਜੀ, ਤੇ ਬਹੁਤ ਨਾਈਸ ਪ੍ਰੋਗਰਾਮ ਆ, ਬੜਾ ਬਚਪਨ ਜਿਹੜਾ ਗੱਲਾਂ ਕਰਦੇ ਆ ਤੇ ਬੜਾ ਬਚਪਨ ਚੇਤੇ ਆ ਰਿਹਾ, ਤੇ ਪ੍ਰੋਗਰਾਮ ਤੇ ਬੜਾ ਵਧੀਆ ਲਿਖਿਆ ਅੱਜ ਸਕੂਲ ਟਾਈਮ ਤੇ, ਮੈਂ ਕਿਹਾ ਵੀ ਸਕੂਲ ਦੀਆਂ ਗੱਲਾਂ ਹੋ ਰਹੀਆਂ ਲੱਗਦੀਆਂ। ਬਿਲਕੁਲ ਜੀ ਬਿਲਕੁਲ, ਸਹੀ ਗੱਲ ਆ। ਮੈਨੂੰ ਲੱਗਦਾ ਤੁਹਾਨੂੰ ਵੀ ਯਾਦ ਆ ਗਈਆਂ ਕੋਈ ਗੱਲਾਂ ਸਕੂਲ ਦੀਆਂ। ਹਾਂਜੀ, ਕੀ ਕਹੋਗੇ ਫਿਰ ਤੁਸੀਂ? ਹਾਂਜੀ ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਚਲੋ ਜਿਹੜੀ ਪੜ੍ਹਾਈ ਆ ਇਹ ਦੇਖੋ ਬਹੁਤ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਚੀਜ਼ ਆ। ਹਾਂਜੀ, ਪੜ੍ਹਾਈ ਜਿੱਦਾਂ ਪੜ੍ਹਾਈ ਤੋਂ ਗਿਆ ਤਾਂ ਬੰਦਾ ਕਹਿ ਲਓ ਵੀ ਬਹੁਤ ਔਖੀ ਔਖੀ ਲਾਈਫ ਆ ਜੀ, ਅੱਜ ਕੱਲ੍ਹ ਤਾਂ ਬਿੱਲ ਜ਼ਿਆਦਾ ਹੀ ਆ ਜੀ। ਹਾਂਜੀ, ਜੇਕਰ ਦਨ ਪਾ ਰਿਹਾ ਤਾਂ ਉਹ ਗਾਹਾਂ ਵੱਧ ਨਹੀਂ ਸਕਦਾ ਜੀ। ਇਹ ਜਿਹੜੀ ਵਿੱਦਿਆ ਹੈ ਬਹੁਤ ਜ਼ਰੂਰੀ ਆ ਹਰ ਇਨਸਾਨ ਗਿਆਨ ਜਿਹੜਾ ਹੈਗਾ, ਤੇ ਜਿਸ ਤਰ੍ਹਾਂ ਡਾਕਟਰ ਅੰਬੇਦਕਰ ਨੇ ਕਿਹਾ ਪੜ੍ਹੋ ਤੇ ਰਾਜ ਕਰੋ। ਹਾਂਜੀ ਜੀ ਜੀ, ਪੜ੍ਹਾਈ ਜ਼ਰੂਰੀ ਹੈਗੀ ਆ ਜੀ। ਥੈਂਕ ਯੂ ਜੀ, ਬਚਪਨ ਦੀਆਂ ਗੱਲਾਂ ਮੈਂ ਤਾਂ ਸਾਰੇ ਸੁਣਾ ਕੇ ਗਏ ਬੜੇ ਵਧੀਆ ਜੀ। ਬਈ ਪਹਿਲਾਂ ਭੈਣ ਜੀ ਨੇ ਸੁਣਾ ਦੇ ਸਕੂਲ ਦੇ ਜਦੋਂ ਜਾਂਦੇ ਸੀ ਬਸਤਾ ਚੱਕ ਕੇ ਜਾਂਦੇ ਸੀ, ਇੰਨਾ ਭਾਰਾ ਬਸਤਾ, ਤੇ ਉਹਨਾਂ ਬੱਚਿਆਂ ਦਾ ਭਾਰ ਨਹੀਂ ਹੁੰਦਾ ਸੀ ਜਿੰਨੀਆਂ ਕਿਤਾਬਾਂ ਜਿਹੜੀ ਪਾਈਆਂ ਹੁੰਦੀਆਂ ਸੀ ਬਸਤਿਆਂ ਦੇ ਵਿੱਚ। ਹਾਂਜੀ ਹਾਂਜੀ, ਫੱਟੀ ਵੀ ਹੋਣੀ ਨਾਲ, ਬੜਾ ਫੱਟੀ ਵੀ ਹੋਣੀ ਉਹ ਜੀ, ਤੇ ਬਹੁਤ ਵਧੀਆ ਬੱਚਾ ਤਾਂ ਉਦੋਂ ਹੀ ਕੁੱਬਾ ਹੋ ਕੇ ਤੁਰਦਾ ਹੁੰਦਾ, ਇੰਨਾ ਭਾਰਾ ਬਸਤਾ ਪਾਇਆ ਹੁੰਦਾ ਇਹ ਗੱਲ 'ਚ। ਚਲੋ ਖੈਰ, ਆਪਣਾ ਟਾਈਮ ਜਿਹੜਾ ਬਸ ਜਾਣੀ ਕਿ ਹੁਣ ਹਾਂਜੀ ਹਾਂਜੀ ਅੱਗੇ ਨੂੰ ਜਾ ਰਿਹਾ। ਮੈਂ ਹਾਂਜੀ ਹਾਂਜੀ, ਮੈਂ ਤੁਹਾਨੂੰ ਸਕੂਲ ਦੀ ਥੋੜ੍ਹੀ ਸੁਣਾਊਂਗਾ ਵੀ ਜਿੱਦਾਂ ਸਕੂਲ ਜਦੋਂ ਜਾਂਦੇ ਸੀ ਤੇ ਬਸਤਾ ਆਪਾਂ ਜਦੋਂ ਜਾਣਾ ਸਕੂਲੇ ਤੇ ਆਪਾਂ ਆਪਣੇ ਯਾਰਾਂ ਮਿੱਤਰਾਂ ਨੂੰ ਵੀ ਨਾਲ ਲੈ ਕੇ ਜਾਂਦੇ ਸੀ, ਇਕੱਲੇ ਨਹੀਂ ਸੀ ਜਾਈਦਾ, ਆਉਣ ਦਿਓ ਜੀ ਆਉਣ ਦਿਓ, ਆਪਾਂ ਸਾਰਿਆਂ ਨੂੰ ਆਵਾਜ਼ ਮਾਰ ਕੇ ਲੈ ਕੇ ਜਾਈਦਾ ਵੀ ਆ ਜਾਓ ਚੱਲੀਏ, ਆ ਜਾਓ ਚੱਲੀਏ, ਹਾਂਜੀ ਇੱਕ ਦੂਸਰੇ ਅਵੇਅਰ ਕਰਨੀ ਤੇ ਫਿਰ ਅੱਗੇ ਜਾਣਾ। ਠੀਕ ਆ ਜੀ, ਮੈਂ ਤੁਹਾਨੂੰ ਛੋਟੀ ਜਿਹੀ ਸੁਣਾਉਂਦਾ ਜੀ। ਠੀਕ ਆ ਜੀ, ਠੀਕ ਆ। ਚੁੱਕ ਬਸਤਾ ਸਕੂਲੇ ਅਸੀਂ ਜਾਣਾ ਦੋਸਤੋ, ਆਪ ਪੜ੍ਹਨਾ ਤੇ ਸਭ ਨੂੰ ਪੜ੍ਹਾਉਣਾ ਦੋਸਤੋ, ਆਹਾ ਚੁੱਕ ਬਸਤਾ ਸਕੂਲੇ ਅਸੀਂ ਜਾਣਾ ਦੋਸਤੋ,
ਆਪ ਪੜ੍ਹਨਾ ਤੇ ਸਭ ਨੂੰ ਪੜ੍ਹਾਉਣਾ ਦੋਸਤੋ ਵਧੀਆ ਗੱਲ ਪੜ੍ਹ ਲਿਖ ਵਿਦਵਾਨ ਅਸੀਂ ਬਣ ਕੇ ਦਿਖਾਉਣਾ ਅਸੀਂ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਉਣਾ ਵਾਹ ਜੀ ਵਾਹ ਪੜ੍ਹ ਲਿਖ ਵਿਦਵਾਨ ਅਸੀਂ ਬਣ ਕੇ ਦਿਖਾਉਣਾ ਅਸੀਂ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਉਣਾ ਵਾਹ ਜੀ ਅਸੀਂ ਦੇਸ਼ ਨੂੰ ਸਵਰਗ ਬਣਾਉਣਾ ਦੋਸਤੋ ਆਪ ਪੜ੍ਹਨਾ ਤੇ ਸਭ ਨੂੰ ਪੜ੍ਹਾਉਣਾ ਦੋਸਤੋ ਵਾਹ ਜੀ ਸਾਡੇ ਦੇਸ ਨੂੰ ਨਾ ਕਿਸੇ ਗੱਲੋਂ ਆਵੇ ਕੋਈ ਥੋੜ ਅਸੀਂ ਦੂਰ ਕਰ ਦੇਣਾ ਅਨਪੜ੍ਹਤਾ ਦਾ ਕੋੜ ਵਾਹ ਜੀ ਵਾਹ ਸਾਡੇ ਦੇਸ਼ ਨੂੰ ਨਾ ਕਿਸੇ ਗੱਲੋਂ ਆਵੇ ਕੋਈ ਥੋੜ ਅਸੀਂ ਦੂਰ ਕਰ ਦੇਣਾ ਅਨਪੜ੍ਹਤਾ ਦਾ ਕੋੜ ਵਾਹ ਜੀ ਵਾਹ ਅਨਪੜ੍ਹਤਾ ਨੂੰ ਦੇਸ਼ ਚੋਂ ਭਜਾਉਣਾ ਦੋਸਤੋ ਆਪ ਪੜ੍ਹਨਾ ਤੇ ਸਭ ਨੂੰ ਪੜ੍ਹਾਉਣਾ ਦੋਸਤੋ ਵਾਹ ਜੀ ਵਾਹ ਸਕੂਲ ਜਾਵੇ ਹਰ ਬੱਚਾ ਹੱਥ ਫੜ ਕੇ ਕਿਤਾਬ ਸਕੂਲ ਜਾਵੇ ਹਰ ਬੱਚਾ ਹੱਥ ਫੜ ਕੇ ਕਿਤਾਬ ਰਹਿ ਕਰਦਾ ਤਰੱਕੀ ਮੇਰਾ ਰੰਗਲਾ ਪੰਜਾਬ ਰਹਿ ਕਰਦਾ ਤਰੱਕੀ ਮੇਰਾ ਰੰਗਲਾ ਪੰਜਾਬ ਬਿੱਲੇ ਸ਼ਾਹ ਵੀ ਬੁਰਾਈ ਦਾ ਦੀਵਾਨਾ ਦੋਸਤੋ ਆਪ ਪੜ੍ਹਨਾ ਤੇ ਸਭ ਨੂੰ ਪੜ੍ਹਾਉਣਾ ਦੋਸਤੋ ਚੁੱਕ ਵਸਤਾ ਸਕੂਲ ਅਸੀਂ ਜਾਣਾ ਦੋਸਤੋ ਆਪ ਪੜ੍ਹਨਾ ਤੇ ਸਭ ਨੂੰ ਪੜ੍ਹਾਉਣਾ ਦੋਸਤੋ ਵਾਹ ਜੀ ਵਾਹ ਜੀ ਬਹੁਤ ਬਹੁਤ ਧੰਨਵਾਦ ਬਹੁਤ ਥੈਂਕ ਯੂ ਜੀ ਕਮਲ ਜੀ ਸੋਪਾਲ ਜੀ ਬਹੁਤ ਸੋਹਣੇ ਜਾਣੀ ਕਿ ਉਹ ਟਾਈਮ ਵੀ ਜਾਣੀ ਕਿ ਗੱਲਾਂ ਦੱਸ ਕੇ ਗਏ ਨੇ ਸੋ ਗੱਲ ਇਹੀ ਚੱਲ ਰਹੀ ਸੀਗੀ ਸਕੂਲ ਲਾਈਫ ਦੀ ਬਚਪਨ ਦੇ ਵਿੱਚ ਜਿਹੜੀ ਜ਼ਿੰਦਗੀ ਸੀ ਕਹਿੰਦੇ ਹੁੰਦੇ ਨਾ ਬੇਪਰਵਾਹੀ ਹੁੰਦੀ ਸੀਗੀ ਸੋ ਗੱਲ ਇੱਦਾਂ ਵੀ ਕਈ ਵਾਰੀ ਸਕੂਲ ਦੇ ਵਿੱਚੋਂ ਛੋਟੇ ਹੁੰਦੇ ਸਾਡੇ ਟੀਚਰ ਨੇ ਕਈ ਵਾਰੀ ਕਹਿਣਾ ਕਿ ਭਾਈ ਚੱਲ ਉਹ ਬਾਅਦ ਜਾ ਕੇ ਉਹ ਕੰਮ ਕਰਕੇ ਮਾਸਟਰ ਨੇ ਸਾਨੂੰ ਕਿਸੇ ਹੋਰ ਪਾਸੇ ਭੇਜ ਦੇਣਾ ਅਤੇ ਅਸੀਂ ਜਾ ਕੇ ਬੇਰ ਖਾਣ ਲੱਗ ਪੈਣਾ ਅਤੇ ਬੇਰ ਖਾਣ ਲੱਗ ਪੈਣਾ ਜਾਣੀ ਕਿ ਜਿਹੜੇ ਕੰਮ ਭੇਜਣਾ ਹੁੰਦਾ ਸੀ ਜਾਣੀ ਕਿ ਉਹ ਤਾਂ ਕਦੇ ਕਰੀਦਾ ਨਹੀਂ ਸੀ ਕਿਤੇ ਉੱਥੇ ਬੇਰੀਆਂ ਦੇ ਮਿਲਿਆ 'ਤੇ ਜਾ ਫਰੀਦਾ ਸੀ ਬੇਰ ਖਾਣ ਲੱਗ ਪਈਦਾ ਸੀ ਜਾਂ ਹੋਰ ਇੱਧਰ ਜਾਣੀ ਕਿ ਯਾਰ ਦੋਸਤ ਇੱਕ ਦੇ ਮਿਲ ਕੇ ਪਏ ਉਹਨਾਂ ਨਾਲ ਗੱਪਾਂ ਮਾਰੀ ਜਾਣੀਆਂ ਅਤੇ ਜੇ ਦੇਖਿਆ ਫਿਰ ਲੇਟ ਆ ਵੀ ਲਈ ਮਾਸਟਰ ਤਾਂ ਉਸ ਤੋਂ ਪਹਿਲੇ ਕੋਲ ਲੈਂਦੇ ਹਾਂ ਹੈਲੋ ਜੀ ਜੈ ਗੁਰਦੇਵ ਜੀ ਤੁਹਾਡਾ ਬਹੁਤ ਸੋਚਣ ਸਹੀ ਗੱਲ ਹੈ ਜੀ ਗੱਲ ਇਹ ਹੈ ਕਿ ਹਰ ਇੱਕ ਵਰਗ ਦਾ ਭਾਰਤ ਦੇ ਅੰਦਰ ਜਿਹੜਾ ਵਰਗ ਹੈਗੇ ਆ ਜਿਹੜਾ ਮਤਲਬ ਊਚ ਨੀਚ ਦਾ ਵਰਗ ਹੈ ਉਹਨਾਂ ਦਾ ਸਭ ਦਾ ਬਚਪਨ ਅਲਹਿਦਾ ਅਲਹਿਦਾ ਜੀ ਹਰ ਵਰਗ ਦਾ ਬਚਪਨ ਭਾਵ ਅਲਹਿਦਾ ਅਲਹਿਦਾ ਸਮਾਜ ਦੇ ਵਿੱਚ ਨਿਆਣਾ ਪੈਦਾ ਹੋਇਆ ਉਹਦਾ ਬਚਪਨ ਹੋਰ ਜਿਹੜਾ ਉੱਪਰ ਪੈਦਾ ਹੋਇਆ ਉਹਦਾ ਬਚਪਨ ਹੋਰ ਜਿਹੜਾ ਉਹਨਾਂ ਤੋਂ ਉੱਪਰ ਪੈਦਾ ਹੋਇਆ ਉਹਦਾ ਬਚਪਨ ਹੋਰ ਵਾਹ ਜੀ ਜਿੱਦਾਂ ਜਿੱਦਾਂ ਦੇ ਘਰਾਣੇ ਵਿੱਚ ਪੈਦਾ ਹੋਇਆ ਉਹ ਜਿਹਾ ਬਚਨ ਹੁੰਦਾ ਸਹੀ ਗੱਲ ਆ ਜੀ ਸਹੀ ਹੈਗਾ ਤੁਹਾਡਾ ਜਿਹੜਾ ਅੱਜ ਵਿਸ਼ਾ ਉਹਦੇ ਉੱਤੇ ਬਣ ਮੈਂ ਥੋੜਾ ਜਿਹਾ ਉਹਦੇ ਵਿੱਚ ਰੁੱਖਾਪਨ ਘੋਲਣ ਲੱਗਾ ਜੇ ਤੁਸੀਂ ਚਾਹੋ ਤਾਂ ਮੈਂ ਘੋਲਵਾਂ ਨਹੀਂ ਤਾਂ ਮੈਂ ਘੋਲਣਾ ਵੀ ਨਹੀਂ ਚਾਹੁੰਦਾ ਅੱਛਾ ਜੀ ਇੱਦਾਂ ਵੀ ਆਪਣੇ ਕੋਲ ਟਾਈਮ ਬਹੁਤ ਛੋਟ ਹੈ ਇੱਕ ਚੰਦ ਮਿੰਟ ਵਾਸਤੇ ਜੇ ਤੁਸੀਂ ਗੱਲ ਕਰ ਸਕਦੇ ਹੋ ਤਾਂ ਪਲੀਜ਼ ਕਿਉਂਕਿ ਟਾਈਮ ਬਹੁਤ ਘੱਟ ਆਪਣੇ ਕੋਲ ਗੱਲ ਨਹੀਂ ਮੈਂ ਉਹ ਬਚਪਨ ਆਪਣੇ ਬਚਪਨ ਦੀ ਕਹਾਣੀ ਹੈ ਉਹ ਮੈਂ ਆਪਣੀ ਕਵਿਤਾ ਦੇ ਵਿੱਚ ਨੋਟ ਕੀਤੀ ਜਦ ਤੱਕ ਸਾਨੂੰ ਨਹੀਂ ਪਤਾ ਸੀ ਵੀ ਇਹ ਕਿਆ ਹੋ ਰਿਹਾ ਜੀ ਅੱਜ ਜਦ ਅਸੀਂ ਅੰਬੇਦਕਰ ਹੀ ਹੋ ਗਏ ਹਾਂ ਬੁੱਧੀਜੀਵੀ ਹੋ ਗਏ ਹਾਂ ਤਾਂ ਸਾਨੂੰ 70 ਸਾਲ 65 ਸਾਲ ਪਹਿਲਾਂ ਦਾ ਬਚਪਨ ਜਿਹੜਾ ਚੇਤੇ ਆਉਂਦਾ ਵੀ ਇਹ ਕੰਮ ਹੁੰਦਾ ਕਿਉਂ ਸੀਗਾ ਸਾਡੇ ਨਾਲ ਜੀ ਜੀ ਇਹ ਕਿਉਂ ਹੋਇਆ ਏਦਾਂ ਠੀਕ ਇੱਕ ਕਵਿਤਾ ਕਿਸੇ ਨੇ ਲਿਖੀ ਸੀਗੀ ਕਿ ਮੇਰਾ ਬਚਪਨ ਮੋੜ ਦਿਓ ਜੀ ਪਰ ਉਹਨੂੰ ਮੈਂ ਕਵਿਤਾ ਨੂੰ ਜਿਸ ਵੇਲੇ ਪੜ੍ਹਿਆ ਤਾਂ ਮੈਨੂੰ ਉਹਦੇ ਵਿੱਚੋਂ ਆਪਣਾ ਬਚਪਨ ਨਜ਼ਰ ਨਹੀਂ ਆਇਆ ਤਾਂ ਮੈਂ ਕਿਹਾ ਵੀ ਨਹੀਂ ਚਾਹੀਦਾ ਐਸਾ ਬਚਪਨ ਜੀ ਮੈਂ ਉਸ ਤੇ ਕਵਿਤਾ ਲਿਖੀ ਆ
जल्दी कर लो जी, अपने को टाइम बहुत छोटा है जी। माता पिता दा सिर ते कोई हाथ नहीं, भै युक्त ते अपमान युक्त बचपन। वाह जी वाह जी वाह। प्यार दा कोई नामो निशान नहीं है, इच्छा ना कोई मन विच हुंदी, बचपन दियां खुशियां दा कोई ज्ञान नहीं है जी। जिधर मन कीता घूमदे फिरदे गलियां विच दड़ंगे लाउंदे। आहा वाह जी वाह। तन ते कोई झग्गा ना हुंदा, कच्चा भी कदे कताई सी मिलदा। वाह जी वाह। पैरां विच मौजे कदी ना पाए, रोड़े कंडे चोदे रहंदे, बैठ के कढ़दे अते रोंदे रहंदे। वाह जी वाह वाह जी वाह। अज मैनू याद बचपन चेते आउंदा। आहा हा। ए इकल्ले दा नहीं सी बचपन जी, सी भारत विच सब अशूर समाज दा। सही गल जी, बिलकुल सही गल जी। नहीं चाहिदा ऐसा बचपन जी। बारिश विच उपर चढ़दे इक मघोरा भरदे दूजा होर हो जांदा। खाण लई घर च कुछ ना हुंदा, जो मिलदा खा के ढिड भरदे, बहुत वारी भुखे सौ जांदे। गंदगी बेशुमार सी, मैले कपड़े फटे पुराने, जुत्तियां टुटियां दूजे घरों लिया के गंढ तो फुटे पैरी पाउंदे। वाह जी वाह। ਚਿੱਟੀਆਂ ਜੂਆਂ ਦੀ ਕੱਪੜਿਆਂ 'ਚ ਭਰਮਾਰ ਸੀ, ਖਾਜਾਂ ਕਰਦਿਆਂ ਦਾ ਹਾਲ ਬੁਰਾ ਸੀ, ਕਾਲੀਆਂ ਜੂਆਂ ਨਾਲ ਭਰੇ ਰਹਿੰਦੇ ਸੀ ਵਾਲ। ਵਾਹ ਜੀ ਵਾਹ। ਸਿਰ 'ਤੇ ਉਸ ਦਾ ਫਰੌਣ ਬਿਨਾਂ ਕੋਈ ਚਾਰਾ ਨਹੀਂ ਸੀ। ਵਾਹ ਜੀ। ਕੱਪੜੇ ਧੋਣ ਨੂੰ ਕੱਲਰ ਸੋਡਾ ਉਬਲਦੇ ਪਾਣੀ 'ਚ ਕੱਪੜੇ ਪਾਉਂਦੇ, ਜੂਆਂ ਨੂੰ ਸਭ ਸਿਖਾਉਣ ਲਈ ਨਹਾਉਣ ਵਾਸਤੇ ਸਾਬਣ ਤੇਲ ਨਾ ਮਿਲਦਾ, ਬਿਮਾਰ ਹੋਣ 'ਤੇ ਕੋਈ ਡਾਕਟਰ ਵੈਦ ਨਾ ਹੁੰਦਾ, ਪੌਂਪ ਦਾ ਪਾਣੀ ਕਾਢ ਕੇ ਪੀਂਦੇ, ਮਨ ਨੂੰ ਸਕੂਨ ਤੰਦਰੁਸਤੀ ਦਾ ਦਿੰਦੇ। समाज का वास्ता किताबा कागज वगैरा दे कदे दर्शन नहीं सन कीते। ऐसा मापिया दे कोल नहीं सी, दूसरे समाज दे बच्चे खांदे असी उन्हां वल पवित्र करदे। गर्मी सर्दी का इलम ना कोई, गर्म ते ठंडे कपड़िया की सार ना कोई, गंदियां गदोड़ियां बिच तों जांदे। ਠੰਡ ਤੋਂ ਬਚਣ ਲਈ ਲੱਤਾਂ ਇਕੱਠੀਆਂ ਕਰ ਲੈਂਦੇ, ਇੱਕ ਮੰਜੇ ਤੇ ਸਰਦੀ ਤੋਂ ਬਚਣ ਲਈ ਦੋ ਦੋ ਤਿੰਨ ਤਿੰਨ ਸੌਂਦੇ ਸੌਂਦੇ। ਵਾਹ ਜੀ ਵਾਹ। ਕੰਡਿਆਂ ਦੇ ਇਸ ਚਟਣੀ ਨਾਲ ਰੋਟੀ ਖਾਂਦੇ, ਤਾਜ਼ਾ ਖਾਣ ਕਿਸ ਨੂੰ ਕਹਿੰਦੇ, ਇਸ ਦਾ ਗਿਆਨ ਨਹੀਂ ਸੀ। ਵਾਹ ਜੀ ਵਾਹ। ਝੂਠਾ ਉਤਰਨ ਲਿਆਉਂਦੇ, ਦੋ ਤਿੰਨ ਦਿਨ ਦੀ ਰੋਟੀ ਤੱਤੀ ਕਰਕੇ ਚਾਹ ਨਾਲ ਖਾਂਦੇ, ਚੰਗੀ ਰੋਟੀ ਦਾ ਵੀ ਇਲਮ ਨਹੀਂ ਸੀ, ਕੰਮ ਦੇ ਬਦਲੇ ਰੋਟੀ ਲੈਣ ਜਾਂਦੇ ਤਾਂ ਦਾਲ ਰੋਟੀ ਦੇ ਦਰਸ਼ਨ ਹੁੰਦੇ। ਵਾਹ ਜੀ ਵਾਹ। ਨਹੀਂ ਚਾਹੀਦਾ ਐਸਾ ਬਚਪਨ, ਨਹੀਂ ਹੋਣਾ ਚਾਹੀਦਾ ਐਸਾ ਬਚਪਨ। ਕਣਕ ਕੱਟਣ ਦਾ ਸਮਾਂ ਜਦੋਂ ਆਉਂਦਾ, ਉਸ ਤੋਂ ਪਹਿਲਾਂ ਵਿਹੜਾ ਬਟਾਉਂਦੇ, ਰੋਟੀ ਗੁੜ ਦੀ ਰੋੜੀ ਬਦਲੇ, ਮਾਂ ਬਾਪ ਕਣਕ ਸੀ ਵੱਢਦੇ, ਅਸੀਂ ਛਿੱਟੇ ਚੁੱਕਦੇ, ਕਿੱਤੇ ਚੁੱਕ ਕੇ ਦਾਣੇ ਕੱਢ ਕੇ ਗੋਲੀਆਂ ਰੋੜੀਆਂ ਖਾਂਦੇ, ਪਿੰਡੋਂ ਸ਼ਹਿਰ ਕਦੇ ਗਏ ਨਹੀਂ ਸਾਂ। ਇੱਕ ਦਿਨ ਇੱਕ ਸਰਮਾਏਦਾਰ ਘਰ ਦਾ ਸਾਡੇ ਘਰ ਬੰਦਾ ਆਇਆ, ਮੇਰੇ ਤਾਏ ਨੂੰ ਉਸਨੇ ਬਤਾਇਆ, ਮੈਂ ਜਾਣਾ ਆਪਣੀ ਲੜਕੀ ਦੇ ਸਹੁਰੇ ਘਰ, ਇੱਕ ਬੱਚੇ ਨੂੰ ਮੇਰੇ ਨਾਲ ਭੇਜ ਦੇ ਜੇ, ਤਾਂ ਥੋੜਾ ਸਮਾਨ ਚੁੱਕ ਸ਼ਹਿਰ ਤੱਕ ਲੈ ਜਾਏ ਜੇ। ਮੈਂ ਤਾਏ ਦੇ ਭੇਜਿਆ ਤੇ ਨਾਲੇ ਭਾਰ ਚੁੱਕ ਕੇ ਸ਼ਹਿਰ ਤੱਕ ਗਿਆ, ਇੱਕ ਹਲਵਾਈ ਦੀ ਦੁਕਾਨ ਤੇ ਉਹ ਬੈਠਾ, ਮੈਨੂੰ ਖਾਣ ਲਈ ਦਹੀਂ ਭੱਲਾ ਲੈ ਦਿੱਤਾ, ਪਹਿਲੇ ਦਿਨ ਮੈਂ ਇਹ ਕੁਝ ਖਾਧਾ। ਥੈਂਕ ਯੂ ਜੀ, ਥੈਂਕ ਯੂ ਜੀ। ਇਹ ਸੀ ਮੇਰਾ ਛੂਤ ਬਚਪਨ, ਜਾਣੀ ਕਿ ਸਾਰੇ ਸਮਾਜ ਦੇ ਬੱਚਿਆਂ
ਦਾ ਬਚਪਨ। ਬਹੁਤ ਵਧੀਆ ਜੀ ਕ੍ਰਿਪਰੀ ਜੀ, ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਆਪਣੇ ਕੋਲ ਟਾਈਮ ਬਹੁਤ ਸ਼ੋਰਟ ਹੈ ਅਤੇ ਜ਼ਰੂਰ ਇੱਦਾਂ ਆਉਂਦੇ ਜਾਂਦੇ ਰਿਹਾ ਕਰੋ ਜੀ, ਥੈਂਕ ਯੂ ਜੀ। ਸੋ ਸਾਡੇ ਬਹੁਤ ਸਾਰੇ ਕੋਲਰ ਆਏ ਨੇ, ਅੱਜ ਦਾ ਜੋ ਸਾਡਾ ਵਿਸ਼ਾ ਸੀ ਉਹ ਸੀ ਸਕੂਲ ਲਾਈਫ। ਅੱਜ ਜਿੰਨੀਆਂ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ, ਤੁਹਾਡੇ ਕੋਲ ਆਏ ਨੇ, ਹਰ ਇੱਕ ਕੋਲਰ ਨੇ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ ਨੇ, ਬਹੁਤ ਸੋਹਣੇ ਸੋਹਣੇ ਸੁਝਾਅ ਦੇ ਕੇ ਗਏ ਨੇ। ਸੋ ਸਾਰਿਆਂ ਕੋਲਰਾਂ ਦਾ ਅਸੀਂ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਅਤੇ ਬਾਕੀ ਤੁਹਾਨੂੰ ਪਤਾ ਕਿ ਟਾਈਮ ਇੱਕ ਆਵਰ ਵਨ ਆਵਰ ਦਾ ਜਿਹੜਾ ਪ੍ਰੋਗਰਾਮ ਹੁੰਦਾ 50 ਮਿੰਟ ਜਿਹੜੇ ਆ ਉਹ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਜਾਂਦੇ ਆ। ਸੋ ਬਹੁਤ ਸਾਰੇ ਸਾਡੇ ਕੋਲਰ ਕੋਲ ਵੀ ਕਰਦੇ ਹੋਣੇ ਆ, ਕਿਉਂਕਿ ਸਾਨੂੰ ਬਾਅਦ 'ਚ ਪਤਾ ਲੱਗਦਾ ਕਿ ਭਾਈ ਅਸੀਂ ਇੰਨੀ ਵਾਰੀ ਫੋਨ ਕੀਤਾ ਅਸੀਂ ਇੰਨੀ ਵਾਰੀ ਪਰ ਲੱਗਾ ਨਹੀਂ। ਸੋ ਅਸੀਂ ਸੋਰੀ ਹਾਂ ਉਹਨਾਂ ਤੋਂ, ਇੱਕ ਵਾਰੀ ਟਾਈਮ ਬਹੁਤ ਛੋਟਾ। ਹੈਲੋ ਜੀ, ਜੈ ਗੁਰਦੇਵ ਜੀ, ਕੌਣ ਹੈ ਅਤੇ ਕਿੱਥੋਂ ਜੀ? ਆਓ ਜੀ ਬੀਬੀ ਚਾਲ ਜੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਬੀਬੀ ਜੀ। ਸੁਣਨ ਵਾਲੀ ਸੀਗੀ, ਵੈਸੇ ਟਾਈਮ ਆਪਣੇ ਕੋਲ ਬਹੁਤ ਛੋਟ ਸੀ, ਇਜਾਜ਼ਤ ਨਹੀਂ ਦੇ ਰਿਹਾ ਸੀ, ਇਸ ਕਰਕੇ ਹੁਣ ਟਾਈਮ ਛੋਟ ਹੈ। ਚਲੋ ਠੀਕ ਹੈ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੈ ਗੁਰਦੇਵ, ਧੰਨ ਗੁਰਦੇਵ। ਹਾਂਜੀ, ਸੋ ਇਸ ਦੇ ਨਾਲ ਹੀ ਸਾਡਾ ਟਾਈਮ ਜਿਹੜਾ ਸਮਾਪਤੀ ਹੈ। ਸੋ ਅਗਲੇ ਹਫ਼ਤੇ ਅਸੀਂ ਫਿਰ ਕੋਈ ਨਾ ਕੋਈ ਵੱਖਰੇ ਟੋਪਿਕ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ, ਕਿਉਂਕਿ ਹੁਣ ਸਾਨੂੰ ਟਾਈਮ ਨੇ ਇਜਾਜ਼ਤ ਦੇ ਰਿਹਾ। ਅਤੇ ਇਸੇ ਤਰ੍ਹਾਂ ਆਪਣੇ ਕੁਇਕਲੀ ਤੁਸੀਂ ਟਾਈਮ ਹੋ ਗਿਆ, ਚੰਗਾ ਜੀ। ਸੋ ਅਗਲੇ ਹਫ਼ਤੇ ਤੱਕ ਸਾਨੂੰ ਹੁਣ ਫਿਰ ਇਜਾਜ਼ਤ ਦਿਓ, ਜਿਸ ਤਰ੍ਹਾਂ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ, ਲੈ ਖਾਇਆਰ ਹਵਾਲੇ ਰੱਬ ਦੇ, ਲੈ ਖਾਇਆਰ ਹਵਾਲੇ ਰੱਬ ਦੇ, ਹੋ ਮੇਲੇ ਚਾਰ ਦਿਨਾਂ ਦੇ, ਜਿਸ ਦਿਨ ਵਾਹਿਗੁਰੂ ਫਿਰ ਕਿਤੇ ਚਾਇਆ ਉਸ ਦਿਨ ਫਿਰ ਮਿਲਾਂਗੇ। ਸੋ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੇ ਹਫ਼ਤੇ ਅਸੀਂ ਜ਼ਰੂਰ ਫਿਰ ਮਿਲਾਂਗੇ, ਉਦੋਂ ਤੱਕ ਸਾਡੇ ਦੋਨਾਂ ਵੀਰਾਂ ਵੱਲੋਂ, ਤਿੰਨਾਂ ਵੀਰਾਂ ਵੱਲੋਂ, ਜੈ ਗੁਰਦੇਵ, ਧੰਨ ਗੁਰਦੇਵ।